ਔਰ ਉਹ ਜਿਹੜਾ ਬਲੈਕ ਮੈਜਿਕ ਕੀਤਾ ਗਿਆ ਬਹੁਤ ਜ਼ਿਆਦਾ ਸਟਰੋਂਗ ਸੀਗਾ, ਬਟ ਉਦੋਂ ਮੇਰਾ ਆਪਣੇ ਆਪ 'ਤੇ ਕੋਈ ਕੰਟਰੋਲ ਨਹੀਂ ਸੀ ਹੁੰਦਾ। ਇਹ ਬਹੁਤ ਆਉਂਦਾ ਵੀ ਇਹ ਜਿਹੜੇ ਕ੍ਰਿਸਚਨ ਲੋਕ ਆ ਨਾ, ਇਹ ਸਾਨੂੰ ਸਾਡੇ ਧਰਮ ਨੂੰ ਬਦਲ ਰਹੇ ਆ। ਤਾਂ ਮੈਨੂੰ ਇੱਕ ਭਾਈ ਨੇ ਕਿਹਾ ਸੀਗਾ ਵੀ ਤੈਨੂੰ ਕ੍ਰਿਸਚਨ ਬਣਨ ਲਈ ਕਿੰਨੇ ਪੈਸੇ ਮਿਲੇ ਆ, ਸਾਡੇ ਬਜ਼ੁਰਗਾਂ ਨੇ ਨਹੀਂ ਜਾਣਿਆ ਹੈ ਨਾ, ਅਤੇ ਫਿਰ ਅਸੀਂ ਕਿਉਂ ਇਹਨੂੰ ਅਪਣਾਈਏ। ਸਾਡੇ ਮਨ ਵਿੱਚ ਜ਼ਿਆਦਾਤਰ ਇਹ ਹੁੰਦਾ ਵੀ ਇਹ ਸਾਡਾ ਨਹੀਂ, ਇਹ ਗੋਰਿਆਂ ਦਾ ਗੁਰੂ ਆ। ਉਹ ਰੋਸ਼ਨੀ ਵੀ ਇੱਦਾਂ ਹੈ ਵੀ ਇੱਥੇ ਆਪਾਂ ਕਿਸੇ ਚੀਜ਼ ਦੀ ਉਦਾਹਰਣ ਨਹੀਂ ਦੇ ਸਕਦੇ। ਖੁਦਾਵੰਦ ਦੇ ਮੁਬਾਰਕ ਅਜ਼ੀਮ ਜਲਾਲੀ ਨਾਮ ਵਿੱਚ ਸਲਾਮ ਜੈ ਮਸੀਕੀ ਔਰ ਵੈਲਕਮ ਟੂ ਦ ਪ੍ਰੋਗਰਾਮ ਜੀ ਆਇਆਂ ਨੂੰ। ਮੇਰੀ ਉਮੀਦ ਹੈ ਕਿ ਤੁਸੀਂ ਖੁਸ਼ਹਾਲ ਵਿੱਚ ਹੈ। ਅੱਜ ਮੇਰੇ ਗੈਸਟ ਹੈ ਅਵਤਾਰ ਜੀ, ਜਿਹਨਾਂ ਨੂੰ ਮਿਲ ਕੇ ਤੁਸੀਂ ਬੜੇ ਖੁਸ਼ ਹੋਵੋਗੇ। ਇੱਕ ਬੜੇ ਗੁੱਸੇ ਵਾਲੇ ਇਨਸਾਨ ਤੋਂ ਫਰਿਸ਼ਤੇ ਦਾ ਰੂਪ ਕਿਸ ਤਰ੍ਹਾਂ ਪਾਇਆ ਇਹਨਾਂ ਨੇ, ਅੱਜ ਇਹਨਾਂ ਨਾਲ ਗੱਲਬਾਤ ਕਰਕੇ ਤਾਂ ਆਪਾਂ ਸਭ ਕੁਝ ਤਬਦੀਲ ਕਰਾਂਗੇ। ਜੈ ਮਸੀਕੀ ਜੀ। ਜੈ ਮਸੀਕੀ ਜੀ। ਬਹੁਤ ਬਹੁਤ ਮਿਹਰਬਾਨੀ ਕਿ ਤੁਸੀਂ ਆਪਣਾ ਕੀਮਤੀ ਵਕਤ ਕੱਢ ਕੇ ਤਾਂ ਤੁਸੀਂ ਸਾਡੇ ਕੋਲ ਆਏ ਹੈਗੇ ਹਾਂ ਜੀ। ਵਾਕਿਆ ਦੇ ਵਿੱਚ ਗੁੱਸੇ ਦੇ ਵਿੱਚੋਂ ਕੱਢ ਕੇ ਤਾਂ ਖੁਦਾਵੰਦ ਨੇ ਤੁਹਾਨੂੰ ਇੱਕ ਫਰਿਸ਼ਤੇ ਦਾ ਰੂਪ ਦਿੱਤਾ, ਔਰ ਦੇਖਣ ਨੂੰ ਵੀ ਇੱਦਾਂ ਹੀ ਆ, ਬੜੇ ਸੋਹਣੇ ਲੱਗਦੇ ਬਈ। ਹਾਂਜੀ, ਹਾਲੇਲੂਇਆ, ਖੁਦਾ ਦਾ ਸ਼ੁਕਰ ਹੈ, ਖੁਦਾ ਦੀ ਮਿਹਰਬਾਨੀ ਲਈ। ਅੱਛਾ ਅਵਤਾਰ ਜੀ, ਸ਼ੁਰੂਆਤ ਇੱਥੋਂ ਹੈਗੀ ਕਿ ਜਦੋਂ ਕੋਈ ਵੀ ਵਿਸ਼ਵਾਸੀ ਜਿਹੜੇ ਇਹਨੂੰ ਕਹਿ ਦਿੰਦੇ ਖੁਦਾਵੰਦ ਯਿਸੂ ਮਸੀਹ ਦੇ ਚੇਲੇ ਹੈਗੇ, ਤਾਂ ਜਦੋਂ ਉਹ ਦੱਸਦੇ ਹੈਗੇ ਖੁਦਾਵੰਦ ਯਿਸੂ ਮਸੀਹ ਦੀ ਖੁਸ਼ਖਬਰੀ, ਜਿਹੜਾ ਕਲਾਮ ਦੇ ਵਿੱਚ ਦੱਸਿਆ ਵੀ ਸਾਰਿਆਂ ਨੂੰ ਖੁਸ਼ਖਬਰੀ ਦੱਸੋ, ਤਾਂ ਜਿਹੜੇ ਆਪਣੇ ਦੂਸਰੇ ਭੈਣ ਭਰਾ ਹੈਗੇ, ਦੂਸਰੇ ਜਿੱਦਾਂ ਕਹਿੰਦੇ ਫੇਥ ਦੇ ਵਿੱਚੋਂ, ਉਹ ਜਦੋਂ ਉਹਨਾਂ ਨੂੰ ਆਪਾਂ ਦੱਸਦੇ ਹੈਗੇ ਤਾਂ ਉਹਨਾਂ ਦੀ ਰਿਐਕਸ਼ਨ ਉਸ ਤਰ੍ਹਾਂ ਦਾ ਨਹੀਂ ਹੁੰਦਾ ਜਿਸ ਤਰ੍ਹਾਂ ਆਪਾਂ ਸੋਚਦੇ ਹੈਗੇ, ਬੜਾ ਗੁੱਸਾ ਜਿਹਾ ਕਰ ਜਾਂਦੇ ਹੈਗੇ। ਤੁਹਾਡਾ ਖਿਆਲ ਇਹ ਕਿਉਂ ਆ ਜੀ? ਮੈਂ ਆਪਣਾ ਪਰਸਨਲ ਐਕਸਪੀਰੀਅੰਸ ਦੱਸਣਾ ਚਾਹਾਂਗਾ ਕਿ ਜਦੋਂ ਮੈਂ ਵੀ ਖੁਦਾਵੰਦ ਯਿਸੂ ਮਸੀਹ ਨੂੰ ਨਹੀਂ ਜਾਣਿਆ ਸੀ, ਤਾਂ ਜਦੋਂ ਮੈਨੂੰ ਵੀ ਖੁਦਾ ਬਾਰੇ ਦੱਸਿਆ ਗਿਆ ਸੀਗਾ ਤਾਂ ਮੈਂ ਵੀ ਅੰਦਰੋਂ, ਮੇਰੇ ਇੱਕ ਅਜੀਬ ਗੁੱਸਾ ਸੀਗਾ, ਗੁੱਸਾ ਸੀਗਾ ਵੀ ਇਹ ਮੈਨੂੰ ਇਹ ਕਿਉਂ ਦੱਸ ਰਿਹਾ ਆ। ਅਸਲ ਵਿੱਚ ਸਾਡੇ ਮਨਾਂ 'ਚ ਇਹ ਆ ਵੀ ਜਿਹੜਾ ਖੁਦਾਵੰਦ ਯਿਸੂ ਮਸੀਹ ਆ, ਇਹ ਗੋਰਿਆਂ ਦਾ ਗੁਰੂ ਆ, ਵੀ ਸਾਡੇ ਨਾਲ ਇਹਦਾ ਕੀ ਲਿੰਕ ਵਾ, ਕੋਈ ਤਾਲੁਕਾਤ ਨਹੀਂ, ਸਾਡੇ ਬਜ਼ੁਰਗਾਂ ਨੇ ਨਹੀਂ ਜਾਣਿਆ ਹੈ ਨਾ, ਅਤੇ ਫਿਰ ਅਸੀਂ ਕਿਉਂ ਇਹਨੂੰ ਅਪਣਾਈਏ। ਸੋ ਸਾਡੇ ਮਨ ਵਿੱਚ ਜ਼ਿਆਦਾਤਰ ਇਹ ਹੁੰਦਾ ਵੀ ਇਹ ਸਾਡਾ ਨਹੀਂ, ਇਹ ਗੋਰਿਆਂ ਦਾ ਗੁਰੂ ਆ। ਹਾਂਜੀ, ਇਹ ਵੀ ਹੈ ਕਿ ਇਨਸਾਨ ਨੇ ਵੀ ਸੋਚਦਾ ਕਿ ਮੈਂ ਤਾਂ ਪਹਿਲਾਂ ਹੀ ਅੱਛਾ, ਜੀ ਜੀ, ਮੈਂ ਤਾਂ ਪਹਿਲਾਂ ਜਿਹੜੇ ਸਾਡੇ ਬਜ਼ੁਰਗਾਂ ਨੇ ਜੋ ਸਾਨੂੰ ਵਿਰਾਸਤ ਦੇ ਵਿੱਚ ਦੇ ਦਿੱਤਾ ਆ, ਉਹ ਤਾਂ ਇਹਦੇ ਨਾਲੋਂ ਕਿਤੇ ਹੀ ਜ਼ਿਆਦਾ ਬਿਹਤਰ ਵਾ ਸਾਡੇ ਲਈ, ਹੈ ਨਾ। ਅਤੇ ਹਾਂਜੀ, ਇਸ ਕਰਕੇ ਤਾਂ ਫਿਰ ਉਹ ਇੱਕ ਤਰ੍ਹਾਂ ਦੇ ਉਹਨਾਂ ਦੇ ਵਿੱਚ ਅਵਤਾਰ ਜੀ, ਇਹ ਵੀ ਹੁੰਦਾ ਕਿ ਇਹ ਮੈਨੂੰ ਕਨਵਰਟ ਕਰ ਰਿਹਾ ਜੀ, ਇਹ ਵੀ ਹੁੰਦਾ? ਹਾਂਜੀ, ਇਹ ਜ਼ਿਆਦਾ ਬਹੁਤ ਜ਼ਿਆਦਾ ਆ ਜੀ। ਦੇਖੋ, ਇਹ ਸਾਡੇ ਵਿੱਚ ਇਹ ਬਹੁਤ ਆਉਂਦਾ ਵੀ ਇਹ ਜਿਹੜੇ ਕ੍ਰਿਸਚਨ ਲੋਕ ਆ ਨਾ, ਇਹ ਸਾਨੂੰ ਇਹ ਸਾਡੇ ਧਰਮ ਨੂੰ ਬਦਲ ਰਹੇ ਆ। ਪਰ ਜਦਕਿ ਇੱਦਾਂ ਦਾ ਨਹੀਂ ਹੈਗਾ। ਜਦੋਂ ਮੈਂ ਤੁਹਾਨੂੰ ਦੱਸਾਂ, ਜਦੋਂ ਮੈਨੂੰ ਖੁਦਾਵੰਦ ਨੇ ਬਚਾਇਆ ਸੀਗਾ ਨਾ, ਤਾਂ ਮੈਨੂੰ ਇੱਕ ਭਾਈ ਨੇ ਕਿਹਾ ਸੀਗਾ ਵੀ ਤੈਨੂੰ ਕ੍ਰਿਸਚਨ ਬਣਨ ਲਈ ਕਿੰਨੇ ਪੈਸੇ ਮਿਲੇ ਆ, ਅਤੇ ਮੈਂ ਇਹ ਸੁਣ ਕੇ ਬੜਾ ਹੈਰਾਨ ਹੋਇਆ ਸੀ। ਮੈਂ ਉਹਨੂੰ ਪੁੱਛਿਆ ਵੀ ਸੀ ਕਿ ਮੇਰੇ ਵੀਰ, ਜੇ ਕੋਈ ਇੱਦਾਂ ਦਾ ਹੈਗਾ ਪੈਸੇ ਦੇਣ ਵਾਲਾ ਤਾਂ ਮੈਨੂੰ ਉਹਦੇ ਕੋਲ ਲੈ ਚੱਲ, ਵੀ ਤੈਨੂੰ ਪਤਾ ਮੈਂ ਕ੍ਰਿਸਚਨ ਵਾਂ, ਮੈਂ ਮਸੀਹ ਬਣਿਆ ਆ, ਵਿਸ਼ਵਾਸੀ ਹਾਂ। ਵੀ ਉਹਨਾਂ ਨੂੰ ਥੋੜ੍ਹੀ ਪਤਾ, ਆਪਾਂ ਦੇਖਦੇ ਹਾਂ ਚੱਲ ਵੀ ਜੇ ਕੋਈ, ਮਤਲਬ ਵੀ ਇਹ ਗੱਲਾਂ ਸਿਰਫ ਬਣਾਈਆਂ ਗਈਆਂ ਆ, ਇਹਨਾਂ ਵਿੱਚ ਕੋਈ ਵੀ ਸੱਚਾਈ ਨਹੀਂ ਹੈਗੀ। ਹਾਂ, ਤਾਂ ਦੂਸਰੀ ਇਹ ਵੀ ਗੱਲ ਹੈ ਕਿ ਸਾਰੀ ਕਮਿਊਨਿਟੀ ਦਾ ਔਰ ਮਾਂ ਬਾਪ ਦਾ ਜੀ, ਭੈਣ ਭਰਾਵਾਂ ਦਾ, ਉਹਨਾਂ ਦਾ ਵੀ ਖੌਫ ਹੁੰਦਾ ਹੈਗਾ ਕਿ ਯਾਰ ਮੈਨੂੰ ਕੀ ਕਹਿਣਗੇ। ਜੀ ਬਿਲਕੁਲ ਬਿਲਕੁਲ, ਇਹ ਸਾਡੇ ਇਹ ਸਮਾਂ ਜ਼ਿਆਦਾ ਹੁੰਦਾ ਆ। ਹੁਣ ਜਿੱਦਾਂ ਸਾਡੇ ਪਰਿਵਾਰਾਂ ਦੇ ਵਿੱਚ ਅਸੀਂ ਪਹਿਲਾਂ ਤੋਂ ਸੇਵਾ ਕਰਦੇ ਆ ਰਹੇ ਹਾਂ, ਸਾਨੂੰ ਇਹ ਡਰ ਹੁੰਦਾ ਬਈ ਮੇਰੇ ਫਾਦਰ ਸਾਹਿਬ ਕੀ ਕਹਿਣਗੇ, ਸਾਡੇ ਤਾਂ ਰਿਸ਼ਤੇਦਾਰ ਉਹ ਇੱਦਾਂ ਕਰਦੇ ਆ, ਉਹਨਾਂ ਨੇ ਸਾਡੇ ਨਾਲ ਗੁੱਸੇ ਹੋ ਜਾਣਾ ਹੈਗਾ, ਹੈ ਨਾ, ਅਸੀਂ ਉਹਨਾਂ ਨੂੰ ਕੀ ਕਹਾਂਗੇ। ਇਹ ਗੱਲਾਂ ਸਾਨੂੰ ਡਰ ਜਿਹੜਾ ਆ ਇਹ ਜ਼ਿਆਦਾ ਮਾਰ ਲੈਂਦਾ ਸੀ। ਇਹ ਐਕਚੁਲੀ ਇੱਕ ਤਰ੍ਹਾਂ ਦਾ ਬਟਵਾਰਾ ਜਿਹਾ ਬਣਾ ਦਿੰਦਾ ਜੀ। ਠੀਕ ਹੈ, ਚਲੋ ਅਵਤਾਰ ਜੀ, ਇਹ ਗੱਲਾਂ ਆਪਾਂ ਜ਼ਰੂਰ ਟੱਚ ਕਰਨੀਆਂ ਹੈਗੀਆਂ, ਕਿਉਂਕਿ ਤੁਹਾਡੀ ਲਾਈਫ ਦੀ ਜਿਹੜੀ ਕਹਾਣੀ ਹੈਗੀ ਆ, ਇਹ ਕਿੱਥੋਂ ਸ਼ੁਰੂਆਤ ਹੋਈ, ਕਿਸ ਪਿੰਡਾਂ ਦੇ ਵਿੱਚ, ਕਿਸ ਗਲੀਆਂ ਦੇ ਵਿੱਚੋਂ ਤੁਸੀਂ ਲੰਘ ਕੇ ਆਏ ਆ? ਜੀ, ਮੈਂ ਨਵਾਂ ਸ਼ਹਿਰ ਦੇ ਪਿੰਡ ਸਲੋਹ ਦੇ ਵਿੱਚ ਰਹਿਣ ਵਾਲਾ ਹਾਂ। ਮੇਰੇ ਫਾਦਰ ਸਾਹਿਬ ਜਿੱਦਾਂ ਸਰਵਿਸ ਕਰਦੇ ਸੀ, ਪਟਵਾਰੀ ਸੀਗੇ ਉਹ, ਅਤੇ ਬਾਅਦ 'ਚ ਕਾਨੂੰ ਗੋਬੀ ਰਹੇ, ਹੁਣ ਉਹ ਰਿਟਾਇਰ ਹੋ ਚੁੱਕੇ ਆ। ਅਤੇ ਮੇਰਾ ਨਾਂ ਅਵਤਾਰ ਆ, ਅਸੀਂ ਜੀ ਚਾਰ ਪਰਿਵਾਰ ਭਰਾ ਆ ਫੈਮਿਲੀ ਦੇ ਵਿੱਚ, ਅਤੇ ਮੇਰੇ ਮਦਰ, ਮੇਰੇ ਫਾਦਰ ਉਹ ਸਾਰੇ ਉੱਥੇ ਇੰਡੀਆ ਵਿੱਚ ਹੀ ਆ, ਅਤੇ ਪ੍ਰਭੂ ਨੇ ਮੈਨੂੰ ਉਹਨਾਂ ਵਿੱਚੋਂ ਚੁਣਿਆ। ਮੇਰੇ ਛੋਟੇ ਦੋ ਵੀਰ ਵੀ ਖੁਦਾ ਨੇ ਚੁਣੇ ਹੋਏ ਆ, ਉਹ ਵੀ ਚਰਚ ਜਾਂਦੇ ਆ, ਖੁਦਾ ਦਾ ਸ਼ੁਕਰ ਹੈ। ਤੁਸੀਂ ਉਸ ਪਿੰਡਾਂ ਦੇ ਵਿੱਚੋਂ, ਉਸ ਫੈਮਿਲੀ ਦੇ ਵਿੱਚੋਂ, ਉਸ ਜਨਮ ਲੈ ਕੇ ਉਸ ਜਗ੍ਹਾ ਦੇ ਵਿੱਚੋਂ ਸਕੂਲਿੰਗ ਵੀ ਉੱਥੇ ਹੀ ਕੀਤੀ? ਜੀ, ਨਵੇਂ ਸ਼ਹਿਰ 'ਚ ਵਿੱਚ, ਹਾਂਜੀ, ਦੁਆਬਾ ਸਿੱਖ ਨੈਸ਼ਨਲ ਤੋਂ ਮੈਂ, ਹਾਂਜੀ, ਸਟੱਡੀ। ਉੱਥੋਂ ਫਿਰ ਤੁਹਾਡੀ ਤੌਰ ਕਿੱਦਾਂ, ਫਿਰ ਬਾਹਰ ਕਿੱਦਾਂ ਗਏ, ਮੁਲਕ ਦੇ ਵਿੱਚ ਕਿੱਦਾਂ? ਮੈਂ ਉੱਥੇ ਐਕਚੁਅਲੀ ਜਦੋਂ ਮੇਰਾ ਕਾਲਜ
ਕਾਲਜ ਤੱਕ ਸਟੱਡੀ ਕੀਤੀ ਹੈ, ਤਦੋਂ ਮੇਰਾ ਕਾਲਜ ਖਤਮ ਹੋਇਆ ਤਾਂ ਮੈਨੂੰ ਐਕਟਿੰਗ ਮਾਡਲਿੰਗ ਦਾ ਸ਼ੌਂਕ ਸੀਗਾ। ਅੱਛਾ, ਤਾਂ ਮੈਂ ਮਾਡਲਿੰਗ ਵਗੈਰਾ ਕਰਨ ਲੱਗ ਪਿਆ। ਮੇਰੇ ਇੱਕ ਦੋ ਗਾਣੇ ਵੀ ਪਹਿਲਾਂ ਆਏ ਸੀਗੇ, ਗਾਣਿਆਂ ਦੇ ਵਿੱਚ ਮਾਡਲਿੰਗ ਕੀਤੀ ਸੀਗੀ। ਅਤੇ ਇਸ ਤਰੀਕੇ ਦੇ ਨਾਲ, ਬਟ ਮੈਂ ਜਦੋਂ ਆਪਣੇ ਯਾਰ ਦੋਸਤ ਜਿਹੜੇ ਸਕੂਲਾਂ ਦੇ ਕਾਲਜਾਂ ਦੇ ਵਿੱਚ ਨਾਲ ਪੜ੍ਹਦੇ ਹੁੰਦੇ ਸੀਗੇ ਨਾ, ਉਹ ਕਹਿੰਦੇ ਹੁੰਦੇ ਸੀਗੇ ਇੱਕ ਮੇਰਾ ਫਲਾਣਾ ਦੋਸਤ ਉਹ ਕੈਨੇਡਾ ਚਲ ਗਿਆ, ਉਹ ਅਮੈਰੀਕਾ ਚਲ ਗਿਆ, ਉਹ ਇੰਗਲੈਂਡ ਚਲ ਗਿਆ। ਉਹ ਮੇਰੇ ਵੀ ਅੰਦਰੋਂ ਸੀਗਾ ਵੀ ਲੈ ਵੀ ਮੈਂ ਬਾਹਰ ਜਾ ਕੇ ਦੇਖਾਂ ਵੀ ਬਾਹਰ ਹੈ ਕੀ ਹੈ। ਤਾਂ ਉਹ ਅੰਦਰੋਂ ਹੀ ਸੀਗਾ ਜੀ ਇਹ ਵੀ ਮੈਂ ਬਾਹਰ ਜਾਣਾ ਹੀ ਜਾਣਾ ਆ। ਅਤੇ ਘਰਦਿਆਂ ਨੂੰ ਵੀ ਤੰਗ ਕਰਨਾ ਵੀ ਲੈ ਵੀ ਬਾਹਰ ਭੇਜੋ, ਮੈਨੂੰ ਬਾਹਰ ਭੇਜੋ। ਅਤੇ ਫਿਰ ਇਸ ਢੰਗ ਦੇ ਨਾਲ ਕਿੱਥੇ ਗਏ ਫਿਰ ਤੁਸੀਂ? ਮੈਂ ਸਭ ਤੋਂ ਪਹਿਲਾਂ ਇਟਲੀ ਵਿੱਚ ਗਿਆ ਜੀ 2006 ਦੇ ਵਿੱਚ। ਮੇਰੀ ਵਾਈਫ ਦੇ ਨਾਲ, ਜੋ ਮੇਰੀ ਹੁਣ ਵਾਈਫ ਆ, ਉਹ ਇਟਲੀ ਤੋਂ ਆਈ ਸੀ ਲੜਕੀ। ਅਤੇ ਉਹ ਕੁਛ ਰਿਸ਼ਤੇਦਾਰ ਸੀਗੇ ਜਿਨ੍ਹਾਂ ਨੂੰ ਮੈਂ ਕਿਹਾ ਸੀ ਵੀ ਬਾਹਰ ਜਾਣਾ, ਉਹ ਸਾਡੇ ਤਾਇਆ ਲੱਗਦੇ ਆ। ਅਤੇ ਉਹਨਾਂ ਨੇ ਕਿਹਾ ਵੀ ਚੱਲ ਤੂੰ ਬਾਹਰ ਤਾਂ ਜਾਣਾ ਹੀ ਆ, ਵੀ ਚੱਲ ਤੂੰ ਇੱਦਾਂ ਮੈਰਿਜ ਕਰ ਲਾ ਅਤੇ ਤੂੰ ਬਾਹਰ ਵੀ ਚਲਾ ਜਾਏਗਾ ਅਤੇ ਨਾਲ ਤੇਰਾ ਮੈਰਿਜ ਵੀ ਹੋ ਜਾਊਗੀ। ਤੂੰ ਮਤਲਬ ਵੀ ਰਿਸ਼ਤਾ ਜਿਹੜਾ ਆਇਆ ਸੀਗਾ ਉਹ ਇਟਲੀ ਤੋਂ ਆਇਆ ਸੀ? ਜੀ ਜੀ, ਠੀਕ ਹੈ। ਸੋ ਤੁਹਾਡੀ ਵਾਈਫ ਟੂ ਬੀ ਆਈ ਇੰਡੀਆ? ਹਾਂਜੀ। ਤੁਹਾਨੂੰ ਪਸੰਦ ਕੀਤਾ? ਜੀ। ਤਾਂ ਤੁਹਾਡੀ ਸ਼ਾਦੀ ਹੋ ਗਈ ਤਾਂ ਤੁਸੀਂ ਇਟਲੀ ਪਹੁੰਚ ਗਏ? ਹਾਂਜੀ। ਤਾਂ ਫੇ ਹਾਊਸ ਲਾਈਫ ਇਨ ਇਟਲੀ, ਉੱਥੇ ਕਿੱਦਾਂ? ਇਟਲੀ ਲਾਈਫ ਜਦੋਂ ਮੈਂ ਆਇਆ ਉਦੋਂ ਤਾਂ ਬੜਾ ਮੁਸ਼ਕਿਲ ਹੋ ਗਿਆ ਸੀ ਉੱਥੇ, ਕਿਉਂਕਿ ਕੰਮ ਵਗੈਰਾ ਨਹੀਂ ਮਿਲਦੇ ਸੀਗੇ। ਬਹੁਤ ਜ਼ਿਆਦਾ ਪਰੇਸ਼ਾਨੀ ਸੋਚ ਦੇ ਵਿੱਚ ਰਹਿਣਾ। ਅਤੇ ਮੈਨੂੰ ਜਿਹੜੇ ਪਹਿਲੇ ਪੇਪਰ ਇਟਲੀ ਦੇ ਮਿਲੇ ਸੀਗੇ ਉਹ 1.5 ਸਾਲ ਬਾਅਦ 'ਚ ਮਿਲੇ ਸੀਗੇ। 1.5 ਸਾਲ ਮੈਂ ਫ੍ਰੀ ਰਿਹਾ ਸੀਗਾ। ਮੈਂ ਜਿਹੜੀ ਇਟਲੀ ਦੇ ਵਿੱਚ ਪਹਿਲਾ ਕੰਮ ਕੀਤਾ ਸੀ ਉਹ 10 ਯੂਰੋ ਨੂੰ ਇੱਕ ਦਿਹਾੜੀ ਨੂੰ ਕੀਤਾ ਸੀਗਾ। ਉੱਥੋਂ ਸ਼ੁਰੂਆਤ ਹੋਈ ਸੀਗੀ ਮੇਰੀ। ਅਤੇ ਕੰਮ ਨਹੀਂ ਮਿਲਦਾ ਸੀ, ਬੜਾ ਪਰੇਸ਼ਾਨੀ ਸੀਗੀ। ਸੋ ਇਸ ਤਰ੍ਹਾਂ ਫਿਰ ਖੁਦਾ ਨੇ ਹੌਲੀ ਹੌਲੀ ਕੰਮ ਮਿਲਿਆ। ਫਿਰ ਉੱਥੇ ਉਸ ਵੇਲੇ ਤੁਸੀਂ ਮਸੀਹ ਨੂੰ ਨਹੀਂ ਕਬੂਲ ਕੀਤਾ? ਨਹੀਂ ਨਹੀਂ, ਉਦੋਂ ਮੈਂ ਗੈਰ ਮਸੀਹ ਸੀ। ਔਰ ਤੁਸੀਂ ਕੰਮ ਕਰ ਰਹੇ ਹੈਗੇ ਆ, ਵਿਆਹ ਵੀ ਹੋ ਗਿਆ ਜੀ, ਬੱਚੇ ਵੀ ਆ ਗਏ ਜੀ? ਬੱਚੇ ਕਿੰਨੇ? ਮੇਰੇ ਬੱਚੇ 2 ਆ ਜੀ। ਪਹਿਲਾਂ ਮੇਰੀ ਬੇਟੀ ਆ, ਜਿਹੜੀ ਮੇਰੀ ਬੇਟੀ ਆ ਉਹ ਮੈਂ ਉਦੋਂ ਵਿਸ਼ਵਾਸੀ ਨਹੀਂ ਸੀ, ਉਦੋਂ ਹੋਈ ਸੀ। ਅਤੇ ਬਾਅਦ ਵਿੱਚ ਵਿਸ਼ਵਾਸੀ ਬਣਨ ਤੋਂ ਬਾਅਦ ਖੁਦਾ ਨੇ ਮੈਨੂੰ ਬੇਟੇ ਦਾ ਵੀ ਗਿਫਟ ਦਿੱਤਾ। ਠੀਕ ਹੈ, ਇਹ ਤਾਂ ਹੋ ਗਏ ਬੱਚੇ। ਹੁਣ ਮੈਂ ਤੁਹਾਨੂੰ ਮੁੜ ਕੇ ਥੋੜ੍ਹਾ ਕੁ ਰੀਵਾਈਂਡ ਕਰਨਾ ਚਾਹੁੰਦਾ। ਬੱਚੀ ਆ ਗਈ ਆ, ਖੁਦਾ ਨੇ ਬਹੁਤ ਬੱਚੀ ਬਰਕਤ ਦਿੱਤੀ ਹੈਗੀ। ਤੁਸੀਂ ਕਿਹਾ ਫੇ ਵਿਸ਼ਵਾਸੀ ਬਣੇ, ਉਹ ਦੌਰਾਨ ਉਹ ਜਿਹੜਾ ਫੀਲਿੰਗ, ਉਹ ਜਿਹੜਾ ਤੁਹਾਡਾ ਟਾਈਮ ਸੀਗਾ, ਉਹ ਕਿਸ ਤਰ੍ਹਾਂ ਹੋਇਆ? ਹਾਂਜੀ, ਮੈਂ ਹਜੇ ਇੰਡੀਆ ਵਿੱਚ ਸੀਗਾ ਜਦੋਂ ਮੇਰੀ ਵਾਈਫ ਦੇ ਨਾਲ ਮੇਰਾ ਰਿਸ਼ਤਾ ਹੋਇਆ ਨਾ। ਉਦੋਂ ਆਈ ਡੋਂਟ ਨੋ ਬਈ ਕੁਛ ਲੋਕਾਂ ਨੂੰ ਇਹ ਚੀਜ਼ ਪਸੰਦ ਨਹੀਂ ਸੀ। ਅਤੇ ਮੇਰੇ ਉੱਪਰ ਮਤਲਬ ਰਿਸ਼ਤੇ ਦੀ ਜੀ, ਇੱਕ ਤਾਂ ਅਸਲੀ ਤੁਹਾਨੂੰ ਮੈਂ ਦੱਸਿਆ ਵੀ ਮੇਰੇ ਫਾਦਰ ਸਾਹਿਬ ਸਰਵਿਸਮੈਨ ਸੀ। ਅਸੀਂ ਸ਼ੁਰੂ ਤੋਂ ਹੀ ਸਕੂਲਾਂ, ਹਾਲੇ ਮੈਂ ਸਕੂਲ ਵਿੱਚ ਹੀ ਸੀਗਾ ਜਦੋਂ ਸਾਡੇ ਫਾਦਰ ਸਾਹਿਬ ਨੇ ਮੋਟਰਸਾਈਕਲ ਲੈ ਤਾ। ਫਿਰ ਮੋਟਰਸਾਈਕਲਾਂ ਤੋਂ ਗੱਡੀਆਂ ਤੱਕ, ਯਾਨੀ ਕਿ ਮਤਲਬ ਸਾਡੇ ਬਾਪ ਨੇ ਸਾਡੀ ਹਰ ਇੱਕ ਚੀਜ਼ ਪੂਰੀ ਕੀਤੀ ਹੈ ਨਾ। ਮਤਲਬ ਕਹਿਣ ਦਾ ਮੋਟੇ ਸ਼ਬਦਾਂ ਵਿੱਚ ਅਸੀਂ ਫਾਈਨੈਂਸ਼ਲੀ ਸਟਰੋਂਗ ਸੀਗੇ। ਅੱਛਾ, ਫਿਰ ਉਹਦੇ ਉੱਪਰ ਕਹਿ ਲਓ ਵੀ ਮੇਰਾ ਬਾਹਰ ਰਿਸ਼ਤਾ ਹੋ ਜਾਣਾ, ਉਹ ਕੁਛ ਲੋਕਾਂ ਨੂੰ ਤਾਂ ਪਸੰਦ ਨਹੀਂ ਆਇਆ ਅਤੇ ਮੇਰੇ ਉੱਪਰ ਬਲੈਕ ਮੈਜਿਕ ਜਿੱਦਾਂ ਉਹ ਕੀਤਾ ਗਿਆ ਆਪਾਂ। ਅੱਛਾ ਜੀ, ਔਰ ਉਹ ਜਿਹੜਾ ਬਲੈਕ ਮੈਜਿਕ ਕੀਤਾ ਗਿਆ ਬਹੁਤ ਜ਼ਿਆਦਾ ਸਟਰੋਂਗ ਸੀਗਾ। ਤੁਹਾਨੂੰ ਪਤਾ ਲੱਗਾ ਸੀ ਵੀ ਮੈਨੂੰ ਹੋ ਗਿਆ ਕੁਛ? ਜੀ ਜੀ ਜੀ, ਉਹ ਤੁਹਾਨੂੰ ਮੈਂ ਤੁਹਾਨੂੰ ਦੱਸਦਾ ਵੀ ਉਹ ਤਾਂ ਬਈ ਮੈਂ ਬੈਠਾ ਹੈ ਨਾ, ਤੁਹਾਡੇ ਨਾਲ ਗੱਲ ਕਰ ਰਿਹਾ ਅਤੇ ਮੈਨੂੰ ਚੱਕਰ ਆਉਣੇ ਜਿੱਦਾਂ ਕਹਿ ਲਓ ਵੀ, ਹੈ ਨਾ, ਵੀ ਪਤਾ ਨਹੀਂ ਸੀ ਲੱਗ ਆਪ ਸਰੀਰ ਮੇਰਾ ਹੈਗਾ ਬਟ ਕੰਟਰੋਲ ਮੇਰਾ ਨਹੀਂ ਹੈਗਾ। ਅੱਛਾ, ਹਾਂਜੀ, ਮੈਂ ਤਾਂ ਉਹ ਇੱਕ ਇੱਦਾਂ ਇੱਕ ਵਾਰੀ ਇੱਦਾਂ ਚੀਜ਼ ਨੂੰ ਫੜ ਲਓ ਤਾਂ ਮੈਨੂੰ ਤੁਸੀਂ ਚਾਰ ਜਣੇ ਤਾਂ ਛਡਾ ਨਹੀਂ ਸਕਦੇ ਹੁੰਦੇ, ਇੰਨੀ ਮਤਲਬ ਪਾਵਰ ਤਾਕਤ ਆ ਜਾਂਦੀ ਹੁੰਦੀ ਸੀ ਹੱਥ ਵਿੱਚ। ਅਤੇ ਇਸ ਢੰਗ ਦੇ ਨਾਲ ਬਈ ਉਹ ਜਿਹੜਾ ਸਮਾਂ ਜਿਹੜਾ ਸੀਗਾ ਨਾ, ਬਹੁਤ ਮੈਂ ਮੁਸ਼ਕਿਲ ਗੁਜ਼ਾਰਿਆ, ਬੜਾ ਬੜਾ ਔਖਾ ਗੁਜ਼ਾਰਿਆ ਕਹਿਣ ਦਾ ਮਤਲਬ। ਮੈਂ ਉਹ ਚੀਜ਼ ਤੁਹਾਨੂੰ ਕੰਟਰੋਲ ਕਰਦੀ ਸੀ? ਜੀ ਜੀ, ਤਾਂ ਕੀ ਹੁੰਦਾ ਸੀ ਤੁਹਾਡੀ ਫੀਲਿੰਗਸ ਕੀ ਹੁੰਦੀਆਂ ਸੀ ਅੰਦਰੋਂ? ਤੁਹਾਨੂੰ ਕਿੱਦਾਂ ਪਤਾ ਲੱਗਦਾ ਸੀ ਮੈਂ ਨਹੀਂ ਆ, ਹੋਰ ਕੋਈ ਆ? ਜੀ, ਹੁਣ ਦੇਖੋ ਮੈਂ ਅਗਰ ਮੈਂ ਹੁਣ ਆਪਾਂ ਪਤਾ ਵੀ ਆਪਾਂ ਆਪਸ ਵਿੱਚ ਗੱਲਬਾਤ ਕਰ ਰਹੇ ਹਾਂ ਨਾ, ਮੈਨੂੰ ਮੇਰਾ ਕੰਟਰੋਲ ਆ, ਮੈਂ ਹੱਥ ਹਿਲਾ ਰਿਹਾ ਨਾ, ਬਟ ਉਦੋਂ ਮੇਰਾ ਆਪਣੇ ਆਪ 'ਤੇ ਕੋਈ ਕੰਟਰੋਲ ਨਹੀਂ ਸੀ ਹੁੰਦਾ, ਹੈ ਨਾ। ਅੱਛਾ, ਮੈਂ ਤੁਹਾਨੂੰ ਸਿੰਪਲ ਦੇ ਵਿੱਚ ਦੱਸਦਾ ਵੀ ਮੈਂ ਅਗਰ ਬਾਈਕ ਚਲਾਉਣਾ ਹੁੰਦਾ ਸੀਗਾ ਤਾਂ ਮੇਰੀਆਂ ਅੱਖਾਂ ਦੇ ਮੋਹਰੇ ਜਿੱਦਾਂ ਹਨੇਰਾ ਆਉਣਾ ਸ਼ੁਰੂ ਹੋ ਗਿਆ। ਤੁਸੀਂ ਮੰਨ ਸਕਦੇ ਵੀ ਮੈਂ ਬਾਈਕ ਚਲਾਉਣੀ ਵੀ ਛੱਡ ਦਿੱਤੀ, ਮੇਰੇ ਕੋਲ ਗੱਡੀ ਹੁੰਦੀ ਸੀਗੀ, ਮੈਂ ਗੱਡੀ ਚਲਾਉਣੀ ਤਾਂ ਮੈਂ ਗੱਡੀ ਵੀ ਨਹੀਂ ਚਲਾ ਸਕਦਾ ਹੁੰਦਾ ਸੀਗਾ ਦਿਨੇ ਹਨੇਰਾ। ਹਾਂਜੀ, ਆਪਾਂ ਦਿਨ ਬਾਹਰ ਦੇਖ ਲਓ ਰੋਸ਼ਨੀ ਆ ਨਾ, ਮੈਂ ਗੱਡੀ ਚਲਾਉਣੀ ਤਾਂ ਅੱਖਾਂ ਮੋਹਰੇ ਹਨੇਰਾ ਰਹਿਣਾ। ਮੈਂ ਗੱਡੀ ਚਲਾਉਣੀ ਛੱਡ ਦਿੱਤੀ ਜੀ, ਮੈਂ ਡਰਾਈਵਰ ਰੱਖ ਲਿਆ ਸੀਗਾ ਗੱਡੀ ਚਲਾਉਣ ਵਾਸਤੇ, ਅਤੇ ਮੇਰੀ ਵਾਈਫ ਵੀ ਇਸ ਗੱਲ ਦੀ ਗਵਾਹ ਆ। ਅਤੇ ਮੇਰੀ ਵਾਈਫ ਨੇ ਵੀ ਚੰਗੀ ਭਲੀ ਹੋਣਾ ਤਾਂ ਖੜੀ ਖੜੀ ਨੇ ਡਿੱਗ ਜਾਣਾ ਜੀ, ਜੀ ਉਹਨੂੰ ਕੀ ਹੋ ਗਿਆ, ਇਹਨੂੰ ਚੱਕੋ, ਇਹਨੂੰ ਕੀ ਹੋ ਗਿਆ ਦੇਖੋ। ਸੋ ਇਸ ਢੰਗ ਦੇ ਨਾਲ ਬਹੁਤ ਇਹ ਬਹੁਤ ਜਿਹੜਾ ਦਬਾਅ ਔਖਾ ਕੰਮ ਸੀਗਾ ਜੀ ਜੀ, ਇੱਦਾਂ ਸੀ ਜੀ। ਅਤੇ ਫਿਰ ਜਦੋਂ ਇਹ ਜਿਹੜਾ ਸਮਾਂ ਗੁਜ਼ਾਰਿਆ ਨਾ,
ਇਹਦੇ ਵਿੱਚੋਂ ਮੈਂ ਬੜੀ ਮੁਸ਼ਕਿਲ ਦੇ ਨਾਲ ਬਹੁਤ ਕਹਿਣ ਦਾ ਮਤਲਬ ਬਈ ਇਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਇੰਨਾ ਤਕਲੀਫ ਦੇ ਵਿੱਚੋਂ ਲੰਘਿਆ ਮੈਂ ਇਹਦੇ ਵਿੱਚੋਂ ਜੀ ਹਾਂਜੀ ਅਤੇ ਇਹ ਸ਼ਾਦੀ ਤੋਂ ਪਹਿਲਾਂ ਸੀ ਨਹੀਂ ਹਾਂਜੀ ਇਹ ਜਦੋਂ ਮੇਰੇ ਵਾਈਫ ਨਾਲ ਮੁਲਾਕਾਤ ਹੋ ਗਈ ਨਾ ਉਦੋਂ ਬਾਅਦ ਦੀ ਗੱਲ ਹੈ ਉਹ ਤੋਂ ਬਾਅਦ ਦੀ ਜੀ ਪਹਿਲਾਂ ਸਾਡੀ ਇੰਗੇਜਮੈਂਟ ਹੋਈ ਆ ਇੰਗੇਜਮੈਂਟ ਤੋਂ ਥੋੜ੍ਹਾ ਟਾਈਮ ਬਾਅਦ ਵਿੱਚ ਫਿਰ ਇੱਕ ਸਾਲ ਜਾਂ ਦੋ ਸਾਲ ਦਾ ਟਾਈਮ ਸੀਗਾ ਸਾਡੇ ਵਿੱਚ ਅਤੇ ਉਦੋਂ ਬਾਅਦ ਵਿੱਚ ਫਿਰ ਸਾਡੀ ਮੈਰਿਜ ਹੋਈ ਸੀ ਠੀਕ ਹੈ ਅਤੇ ਉਸ ਸਮੇਂ ਦੀ ਗੱਲ ਹੈ ਅੱਛਾ ਠੀਕ ਹੈ ਸੋ ਤੁਹਾਡੇ ਵਿੱਚ ਉਹ ਪੋਜ਼ੈਸ ਤੁਹਾਨੂੰ ਕੀਤੀ ਹੋਈ ਚੀਜ਼ ਜੀ ਤੁਸੀਂ ਇਹਦਾ ਮਤਲਬ ਵੀ ਇਟਲੀ ਵੀ ਉਹ ਚੀਜ਼ ਤੁਹਾਡੇ ਨਾਲ ਗਈ ਨਹੀਂ ਇਟਲੀ ਤੋਂ ਬਾਅਦ ਵਿੱਚ ਫਿਰ ਮੈਂ ਠੀਕ ਹੋ ਗਿਆ ਸੀਗਾ ਉਹਦੇ ਵਿੱਚ ਕਿੱਦਾਂ ਠੀਕ ਹੋਏ ਮੈਨੂੰ ਦੱਸੋ ਹਾਂਜੀ ਉਹ ਮੈਂ ਜਦੋਂ ਮੇਰੇ ਤੋਂ ਇਲਮ ਕੀਤਾ ਹੋਇਆ ਸੀ ਇੱਕ ਵਾਰ ਤਾਂ ਉਹ ਜ਼ਿਆਦਾ ਇੰਨਾ ਕੁ ਜ਼ਿਆਦਾ ਮੇਰੇ 'ਤੇ ਹੈਵੀ ਹੋ ਗਿਆ ਨਾ ਕੋਈ ਸ਼ਾਮ ਦੇ 2:30 ਜਾਂ 3 ਵਜੇ ਇਸ ਪੀਰੀਅਡ ਦਾ ਟਾਈਮ ਸੀਗਾ ਅਤੇ ਮੈਂ ਆਪਣੇ ਬੈੱਡ ਉੱਪਰ ਬੈਠਾ ਹੋਇਆ ਸੀਗਾ ਜਿੱਦਾਂ ਅਤੇ ਬੈਠਾ ਬੈਠਾ ਮੈਂ ਇੱਦਾਂ ਆਪਣੇ ਬੈੱਡ ਦੇ ਨਾਲ ਢਾਸ ਲਾ ਕੇ ਨਾ ਮੈਂ ਜਿੱਦਾਂ ਨੀਂਦ ਦੇ ਵਿੱਚ ਚਲਾ ਗਿਆ ਨੀਂਦ ਵਿੱਚ ਆਪਾਂ ਦੁਨਿਆਵੀ ਤੌਰ 'ਤੇ ਇਹੀ ਕਹਿ ਸਕਦੇ ਹਾਂ ਜੀ ਅੱਛਾ ਜਦੋਂ ਨੀਂਦ ਦੇ ਵਿੱਚ ਗਿਆ ਤਾਂ ਇੱਕ ਅਣਜਾਣ ਤਾਕਤ ਨੇ ਨਾ ਮੇਰਾ ਹੱਥ ਇਹ ਲੈਫਟ ਹੈਂਡ ਫੜਿਆ ਹੋਇਆ ਮੇਰਾ ਮੈਨੂੰ ਇੱਦਾਂ ਮਿੰਟਾਂ ਸਕਿੰਟਾਂ ਦੇ ਵਿੱਚ ਨਾ ਉਹ ਕਾਸ਼ਾਂ ਦੇ ਵਿੱਚ ਲਈ ਜਾ ਰਹੀ ਹੈ ਪੁਰਾਣੇ ਸਮੇਂ 'ਚ ਆਪਾਂ ਫਿਲਮ ਫੋਰਵਰਡ ਕਰ ਦਿੰਦੇ ਹੁੰਦੇ ਸੀ ਨਾ ਵੀਸੀਆਰ ਦੀ ਉਸ ਢੰਗ ਦੇ ਨਾਲ ਅਸਮਾਨ ਜਿੱਦਾਂ ਇੱਦਾਂ ਲੰਘ ਜਾਂਦੇ ਆ ਅਤੇ ਮੈਂ ਇੱਕ ਮੈਨੂੰ ਮਹਿਲ ਦੇ ਵਿੱਚ ਲੈ ਆਇਆ ਜਾਂਦਾ ਮਹਿਲ ਉਹ ਉਹਦਾ ਕੋਈ ਆਕਾਰ ਨਹੀਂ ਹੈਗਾ ਐਡਾ ਵੱਡਾ ਮਹਿਲ ਆ ਉਹ ਉਸ ਤਾਕਤ ਨੇ ਬੜਾ ਜ਼ੋਰ ਦੇ ਨਾਲ ਮੇਰਾ ਹੱਥ ਫੜਿਆ ਹੋਇਆ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦਾ ਛੁਡਾਉਣ ਦੀ ਪੂਰਾ ਵਾਹ ਲਾਉਣਾ ਮੈਂ ਬਟ ਉਹ ਮੈਂ ਛੁਡਾ ਨਹੀਂ ਸਕਦਾ ਅੱਛਾ ਉਹ ਮਹਿਲ ਐਡਾ ਵੱਡਾ ਵੀ ਉਹਦੀਆਂ ਛੱਤਾਂ ਜਿਹੜੀਆਂ ਉਹ ਨਹੀਂ ਹੈਗੀਆਂ ਉਹਦੇ ਰਾਈਟ ਹੈਂਡ ਵੀ ਕੁਰਸੀਆਂ ਲੱਗੀਆਂ ਹੋਈਆਂ ਅਤੇ ਲੈਫਟ ਹੈਂਡ ਵੀ ਕੁਰਸੀਆਂ ਜਿਹੜੀਆਂ ਖਰੇ ਸੋਨੇ ਦੀਆਂ ਉਹ ਸੋਨਾ ਮੈਂ ਨਹੀਂ ਦੇਖਿਆ ਵੀ ਮਤਲਬ ਇੱਧਰ ਹੋਊਗਾ ਆਪਣੇ ਦੁਨਿਆਵੀ ਜੀ ਅੱਛਾ ਅਤੇ ਤੂੰ ਅਕਸਰ ਛੋਟੇ ਲੱਗੇ ਹੋਏ ਆ ਨਾ ਅਤੇ ਇੱਕ ਸਾਹਮਣੇ ਤਖਤ ਲੱਗਾ ਹੋਇਆ ਜਿਹੜਾ ਬਹੁਤ ਜ਼ਿਆਦਾ ਵੱਡਾ ਵਿਸ਼ਾਲ ਵਾ ਅਤੇ ਮੈਂ ਉਹਦੇ ਪੈਰਾਂ ਦੇ ਵਿੱਚ ਨਾ ਇੱਦਾਂ ਕੁ ਰੱਖਦਾ ਉਹਦੇ ਅੰਗੂਠੇ ਦੇ ਵਿੱਚ ਅੱਛਾ ਅਤੇ ਉਹ ਬੜੀ ਸ਼ਾਨ ਦੇ ਨਾਲ ਇੱਦਾਂ ਬੈਠਾ ਆਪਣੇ ਤਖਤ ਦੇ ਉੱਪਰ ਉਹਨੂੰ ਮੈਂ ਇੰਨਾ ਇੰਨਾ ਜਿੱਦਾਂ ਇੰਨਾ ਥੱਲੇ ਦੇਖ ਸਕਦਾ ਉੱਪਰ ਉਹਦਾ ਚਿਹਰਾ ਜਿਹੜਾ ਨਾ ਬਹੁਤ ਜ਼ਿਆਦਾ ਰੌਸ਼ਨੀ ਆ ਉਹਦੇ 'ਤੇ ਉਹ ਰੌਸ਼ਨੀ ਵੀ ਇੱਦਾਂ ਹੈ ਵੀ ਇੱਥੇ ਆਪਾਂ ਕਿਸੇ ਚੀਜ਼ ਦੀ ਉਦਾਹਰਣ ਨਹੀਂ ਦੇ ਸਕਦੇ ਸੂਰਜ ਦੀ ਵੀ ਉਹ ਉਦਾਹਰਣ ਨਹੀਂ ਆਪਾਂ ਦੇ ਸਕਦੇ ਇੰਨੀ ਜ਼ਿਆਦਾ ਰੌਸ਼ਨੀ ਆ ਅੱਛਾ ਉਹਨੇ ਮੇਰਾ ਹੱਥ ਫੜਿਆ ਹੱਥ ਮੇਰਾ ਛੱਡਿਆ ਨਹੀਂ ਉਹਨੇ ਉਹਦੇ ਸਾਹਮਣੇ ਖੜਾ ਆ ਅਤੇ ਇੱਕ ਕੋਈ ਐਸੇ ਪਾਸੇ ਆ ਮੈਂ ਦੇਖ ਨਹੀਂ ਸਕਦਾ ਉਹਨੂੰ ਐਸ ਪਾਸੇ ਤੋਂ ਮੇਰੇ ਬਾਰੇ ਉਹ ਗੱਲ ਕਰ ਰਿਹਾ ਕੋਈ ਉਹ ਪੜ੍ਹ ਰਿਹਾ ਪੋਥੀ ਆ ਡੋਂਟ ਨੋ ਵੀ ਕੀ ਉਹ ਕੀ ਪੜ੍ਹ ਰਿਹਾ ਮੇਰੇ ਬਾਰੇ ਗੱਲ ਹੋ ਰਹੀ ਆ ਗੱਲ ਬਾਰੇ ਇਹ ਮੈਨੂੰ ਪਤਾ ਆ ਅੱਛਾ ਉਹ ਸਾਹਮਣੇ ਵਾਲੇ ਨੂੰ ਜਿਹੜਾ ਤਾਕਤ 'ਤੇ ਬੈਠਾ ਨਾ ਉਹਨੂੰ ਮੇਰੇ ਬਾਰੇ ਦੱਸ ਰਿਹਾ ਕੁਛ ਕਾਫੀ ਟਾਈਮ ਗੱਲ ਹੋਈ ਗਈ ਮੇਰੇ ਬਾਰੇ ਨਾ ਮੈਨੂੰ ਨਹੀਂ ਪਤਾ ਵੀ ਉਹ ਕੀ ਗੱਲ ਹੋ ਰਹੀ ਮੈਨੂੰ ਨਹੀਂ ਯਾਦ ਅੱਛਾ ਆਖਿਰ ਵਿੱਚ ਜਦੋਂ ਗੱਲ ਸਾਰੀਆਂ ਗੱਲਾਂ ਸਮਾਪਤ ਹੋ ਜਾਂਦੀਆਂ ਨਾ ਫਿਰ ਜਿਹੜਾ ਉਹ ਸ਼ਹਿਨਸ਼ਾਹ ਬੈਠਾ ਮੂਹਰੇ ਉਹ ਫਿਰ ਉਹਦਾ ਮੈਨੂੰ ਅੱਜ ਵੀ ਯਾਦ ਆ ਉਹਦਾ ਹੱਥ ਇੱਦਾਂ ਆਉਂਦਾ ਆ ਇਸ ਤਰ੍ਹਾਂ ਕਹਿੰਦਾ ਮੈਂ ਅਤੇ ਮੈਂ ਉਹ ਫਿਰ ਥੱਲੇ ਜਿੱਦਾਂ ਕਹਿ ਲਓ ਵੀ ਮੇਰੀ ਜਾਗ ਖੁੱਲ੍ਹਦੀ ਆ ਜਾਂ ਕਿੱਦਾਂ ਵੀ ਹੈ ਅਤੇ ਇਸ ਉਹ ਤੋਂ ਬਾਅਦ ਵਿੱਚ ਮੈਂ ਜਿੱਦਾਂ ਠੀਕ ਹੋਣਾ ਸ਼ੁਰੂ ਹੋਇਆ ਹਾਂਜੀ ਇਹ ਇਸ ਵਿਧ ਨਾਲ ਜਿੱਦਾਂ ਮੈਂ ਫਿਰ ਠੀਕ ਹੋਇਆ ਜੀ ਤਾਂ ਪ੍ਰਭੂ ਯਿਸੂ ਮਸੀਹ ਦੇ ਤੁਹਾਨੂੰ ਪ੍ਰਚਾਰ ਕਿੰਨੇ ਕੀਤਾ ਕਿੰਨੇ ਦੱਸਿਆ ਤੁਹਾਨੂੰ ਵੀ ਦੇਖੋ ਵੀ ਹਾਂਜੀ ਮੈਂ ਪਹਿਲਾਂ ਦੱਸਿਆ ਜਿੱਦਾਂ ਵੀ ਮੈਂ ਇਟਲੀ 'ਚ ਜਦੋਂ ਆਇਆ ਮੇਰੇ ਕੋਲ ਕੰਮ ਦੀ ਕਮੀ ਸੀਗੀ ਤਾਂ ਮੈਂ ਆਪਣੇ ਦੋਸਤ ਨੂੰ ਕਿਹਾ ਸੀਗਾ ਵੀ ਮੈਨੂੰ ਕੰਮ 'ਤੇ ਜਿੱਦਾਂ ਉਹ ਮੈਂ ਲੱਗਣਾ ਸੀਗਾ ਹੈ ਨਾ ਅੱਛਾ ਉਹ ਮੇਰਾ ਫਰੈਂਡ ਉਹ ਮਸੀਹ ਭਾਈ ਦਾ ਵੀ ਦੋਸਤ ਸੀਗਾ ਅੱਛਾ ਉਹਨੇ ਮੈਨੂੰ ਕਹਿੰਦਾ ਵੀ ਠੀਕ ਆ ਮੇਰਾ ਇੱਕ ਦੋਸਤ ਹੈਗਾ ਆ ਵੀ ਮੈਂ ਤੈਨੂੰ ਉਹਦੇ ਕੋਲ ਲੈ ਚੱਲਦਾ ਅਤੇ ਉਹ ਮਸੀਹ ਭਾਈ ਦੇ ਨਾਲ ਫਿਰ ਨੂੰ ਮੈਨੂੰ ਉਸ ਭਾਈ ਨੇ ਮੁਲਾਕਾਤ ਕਰਾਈ ਜੀ ਅੱਛਾ ਉਹਨੇ ਮੈਨੂੰ ਦੱਸੀ ਜਾਣਾ ਅਤੇ ਮੈਂ ਤਾਂ ਉਹਨਾਂ ਇੱਕ ਦੋ ਵਾਰੀ ਮੈਂ ਤੁਹਾਨੂੰ ਦੱਸਿਆ ਵੀ ਮੈਂ ਤੁਹਾਨੂੰ ਗੁੱਸੇ ਨਾਲ ਮੈਂ ਕਿਹਾ ਵੀ ਤੂੰ ਇਹਨੂੰ ਆਪਣੇ ਕੋਲ ਰੱਖਿਆ ਕਰ ਵੀ ਜਿੱਥੇ ਅਸੀਂ ਹੈਗੇ ਹਾਂ ਨਾ ਵੀ ਤੈਨੂੰ ਨਹੀਂ ਪਤਾ ਅਸੀਂ ਤਾਂ ਐਂ ਕਰ ਦਿੰਦੇ ਹਾਂ ਜਾਂ ਉਹ ਕਰ ਦਿੰਦੇ ਹਾਂ ਨਾ ਵੀ ਜਿਹਨੂੰ ਮੈਂ ਮੰਨਦਾ ਵੀ ਮੈਂ ਠੀਕ ਆ ਉੱਥੇ ਬਟ ਉਹ ਭਾਈ ਮੇਰੇ ਲਈ ਪ੍ਰਾਰਥਨਾ ਵੀ ਕਰੀ ਗਿਆ ਮੇਰੇ ਸਾਹਮਣੇ ਨਹੀਂ ਕਰਨੀ ਉਹਨੇ ਬਾਅਦ ਵਿੱਚ ਕਰਨੀ ਹੈ ਨਾ ਅੱਛਾ ਪਿਆਰ ਕਾਫੀ ਸ਼ੋਅ ਕੀਤਾ ਫਿਰ ਤੈਨੂੰ ਜੀ ਉਹ ਪਰ ਉਹ ਸ਼ੋਅ ਵੀ ਕੀਤਾ ਪਰ ਉਹ ਵਾਕਈ ਸੀਗਾ ਸੋ ਤੁਸੀਂ ਗਾਂ ਚੱਲੋ ਫਿਰ ਕੀ ਹੋਇਆ ਦੱਸੋ ਹਾਂਜੀ ਅੱਛਾ ਜਦੋਂ ਫਿਰ ਮੈਨੂੰ ਉਹ ਭਾਈ ਨੇ ਬਚਨ ਦੱਸਣਾ ਤਾਂ ਮੈਂ ਉਹਦਾ ਨਾਲ ਬੜਾ ਰੂਡਲੀ ਵੀ ਕਾਫੀ ਵਾਰ ਕਿਹਾ ਵੀ ਮੈਂ ਕਿਹਾ ਵੀ ਤੂੰ ਮੈਨੂੰ ਨਾ ਦੱਸਿਆ ਕਰ ਬਟ ਉਹ ਭਾਈ ਜਿੱਦਾਂ ਆਪਣੀ ਡਿਊਟੀ ਲਾਈ ਨਾ ਵੀ ਤੁਸੀਂ ਦੱਸੀ ਜਾਓ ਹੈ ਨਾ ਅਤੇ ਉਹ ਭਾਈ ਨੇ ਮੈਨੂੰ ਬੜੀ ਵਾਰ ਦੱਸਿਆ ਫਿਰ ਮੈਂ ਅੱਕ ਕੇ ਖੁਸ਼ੀ ਨਾਲ ਨਹੀਂ ਮੈਂ ਕਹਿੰਦਾ ਮੈਂ ਅੱਕ ਕੇ ਉਹਨੂੰ ਕਿਹਾ ਸੀ ਵੀ ਲਿਆ ਬਈ ਜਿਹੜਾ ਤੂੰ ਇਹ ਕਹਿੰਦਾ ਨਾ ਬਈ ਰੌਲਾ ਪਾਉਣਾ ਤੂੰ ਇੰਨਾ ਮੇਰਾ ਰੋਜ਼ ਸਿਰ ਖਾਣਾ ਹੈ ਨਾ ਮੈਂ ਕੰਮ ਤੋਂ ਆਉਣਾ ਉਹਨੇ ਮੈਨੂੰ ਅੱਕ ਕਹਿਣਾ ਭਾਅ ਜੀ ਉਹ ਅਨਪੜ੍ਹ ਆਪ ਉਹ ਪੜ੍ਹ ਨਹੀਂ ਸਕਦਾ ਉਹਨੇ ਮੈਨੂੰ ਕਹਿੰਦਾ ਭਾਅ ਜੀ ਚੱਲ ਤੂੰ ਨਾ ਮੈਨੂੰ ਪੜ੍ਹ ਕੇ ਸੁਣਾ ਦੇ ਮੈਂ ਉਹਨੂੰ ਕਹਿੰਦਾ ਲਿਆ ਅੱਜ ਚੱਲ ਦੇਖ ਹੀ ਲੈਂਦੇ ਹਾਂ ਵੀ ਤੂੰ ਇਹ ਰੌਲਾ ਪਾਉਣਾ ਜਿਹੜਾ ਨਾ ਵੀ ਇਹਦੇ 'ਚ ਹੈ ਕੀ ਆ ਵੀ ਦੇਖ ਹੀ ਲੈਂਦੇ ਹਾਂ ਅੱਜ ਹਾਂਜੀ ਅਤੇ ਫਿਰ ਜਦੋਂ ਮੈਂ ਪੜ੍ਹਿਆ ਸੀਗਾ ਨਾ ਅਤੇ ਫਿਰ ਉਹੀ ਜਿਹੜਾ ਮੰਜ਼ਰ ਮੇਰੇ ਨਾਲ ਜੋ ਬੀਤਿਆ ਸੀਗਾ ਫਿਰ ਜਦੋਂ ਮੈਂ ਪੜ੍ਹਿਆ ਇਹਦੇ ਵਿੱਚ
ਤਾਂ ਫਿਰ ਉਹ ਮੇਰੇ ਸਾਹਮਣੇ ਆਇਆ ਸੀ ਤਾਂ ਫਿਰ ਮੇਰੀਆਂ ਅੱਖਾਂ ਖੁੱਲੀਆਂ ਸੀਗੀਆਂ ਕਿ ਉਹ ਜੋ ਮੈਂ ਦੇਖਿਆ ਸੀਗਾ ਨਾ ਮੈਂ ਜੋ ਦੇਖਿਆ ਸੀਗਾ ਉਹ ਮੈਂ ਬੇਸ਼ੱਕ ਕਿਸੇ ਨਾਲ ਸਾਂਝਾ ਨਹੀਂ ਕੀਤਾ ਪਰ ਮੇਰੇ ਮਨ ਵਿੱਚ ਉਹ ਹੁੰਦਾ ਸੀਗਾ ਵੀ ਇਹ ਜੋ ਮੈਂ ਦੇਖਿਆ ਆ ਬੇਚੈਨੀ ਹੁੰਦੀ ਸੀ ਵੀ ਹੈ ਕੀ ਹੈ ਅਤੇ ਫਿਰ ਉਹਦਾ ਜਵਾਬ ਮੈਨੂੰ ਇਹਦੇ ਵਿੱਚੋਂ ਮਿਲਿਆ ਸੀਗਾ ਕੀ ਸੀਗਾ ਉਹ ਵੀ ਸੀਗਾ ਵੀ ਪ੍ਰਕਾਸ਼ ਦੀ ਪੋਥੀ ਵਿੱਚ ਲਿਖਿਆ ਵੀ ਉਹਦਾ ਜਿਹੜਾ ਤਖ਼ਤ ਲੱਗਾ ਨਾ ਆਪਾਂ ਸਾਰਿਆਂ ਨੂੰ ਇੱਕ ਦਿਨ ਉਹਦੇ ਮੂਹਰੇ ਜਾਣਾ ਪੈਣਾ ਆ ਅਤੇ ਉਹਦਾ ਤਖ਼ਤ ਲੱਗਾ ਅਤੇ ਫਿਰ ਉਹਦੇ ਮੂੰਹ 'ਤੇ ਸਾਰਾ ਜਿੱਦਾਂ ਮੈਂ ਦੇਖਿਆ ਸੀ ਹੂ ਬਹੂ ਉਦਾਂ ਹੀ ਬਿਆਨ ਕੀਤਾ ਗਿਆ ਆ ਇਹਦੇ ਵਿੱਚ ਵੀ ਆਪਾਂ ਨੂੰ ਅਸੀਂ ਜਦੋਂ ਮੈਂ ਜਦੋਂ ਨਹੀਂ ਗੈਰ ਮਸੀਹ ਹੁੰਦਾ ਸੀ ਤਾਂ ਅਸੀਂ ਰੱਬ ਨੂੰ ਅਸੀਂ ਕਹੀਦਾ ਸੀਗਾ ਵੀ ਜਿਹੜਾ ਸਵਰਗ ਅਤੇ ਨਰਕ ਆ ਨਾ ਇਸ ਦੁਨੀਆ 'ਤੇ ਹੀ ਆ ਅਸੀਂ ਚੰਗਾ ਜੀਨੇ ਹਾਂ ਨਾ ਅਸੀਂ ਸਵਰਗ ਵਿੱਚ ਜੀਨੇ ਹਾਂ ਜਿਹੜੇ ਮਾੜੇ ਗਰੀਬ ਆ ਇਹਨਾਂ ਲਈ ਨਰਕ ਵਾ ਬਟ ਇੱਦਾਂ ਨਹੀਂ ਹੈਗਾ ਜਾਂ ਅਸੀਂ ਆਪਣੇ ਅਸੀਂ ਇਹ ਸੋਚਦੇ ਹਾਂ ਵੀ ਅਸੀਂ ਚੰਗੇ ਕੰਮ ਕਰਕੇ ਉਹਦੇ ਰਾਜ ਵਿੱਚ ਜਾ ਸਕਦੇ ਹਾਂ ਪਰ ਸਾਨੂੰ ਬਚਨ ਦੱਸਦਾ ਕਹਿੰਦਾ ਮੇਰੇ ਰਾਜ ਵਿੱਚ ਧਰਮੀ ਦਾ ਬਣਨਾ ਬਹੁਤ ਮੁਸ਼ਕਲ ਵਾ ਅਤੇ ਫਿਰ ਆਪਾਂ ਕੇਸ ਵਿਧਣ ਨਾਲ ਉਹਦੇ ਰਾਜ ਵਿੱਚ ਬਣਾਂਗੇ ਆਪਾਂ ਤਾਂ 100 ਗੁਣਾ ਕਰਦੇ ਹਾਂ ਵੈਸੇ ਵੀ 100 ਗੁਣਾ ਕਰਦੇ ਝੂਠ ਬੋਲਦੇ ਹਾਂ ਗਾਲਾਂ ਕੱਢਦੇ ਹਾਂ ਪਰ ਅਸੀਂ ਐਕਸੈਪਟ ਨਹੀਂ ਸੀ ਮੈਂ ਆਪਣੀ ਗੱਲ ਕਰਦਾ ਮੈਂ ਕਿਸੇ ਦੀ ਨਹੀਂ ਮੈਂ ਆਪਣੀ ਗੱਲ ਕਹਿੰਦਾ ਮੈਂ ਝੂਠ ਵੀ ਬੋਲਣਾ ਗਾਲਾਂ ਵੀ ਕੱਢਣੀਆਂ ਕਹਿੰਦਾ ਹੋਰ ਗਲਤ ਮਲਤ ਵੀ ਕੰਮ ਕਰਨੇ ਪਰ ਮੰਨਣਾ ਫਿਰ ਨਹੀਂ ਮੰਨਣਾ ਅਸੀਂ ਫਿਰ ਨਹੀਂ ਅਸੀਂ ਕਹਿਣਾ ਜਦੋਂ ਰੱਬ ਦੇ ਮੂਹਰੇ ਜਾਵਾਂਗੇ ਤਾਂ ਝੂਠ ਬੋਲ ਦੇਵਾਂਗੇ ਪਰ ਜਦ ਉਹ ਵੇਲਾ ਉਹ ਘੜੀ ਆਈ ਨਾ ਤਾਂ ਉਹਦੇ ਹਜ਼ੂਰ ਦੇ ਵਿੱਚ ਨਾ ਕਿਸੇ ਨੂੰ ਬੋਲਣ ਦੀ ਇਜਾਜ਼ਤ ਨਹੀਂ ਉਹੀ ਜੱਜ ਵਾ ਉਹੀ ਵਕੀਲ ਵਾ ਉਹੀ ਗਵਾਹ ਉਹਨੂੰ ਸਭ ਕਾਸੇ ਦਾ ਪਤਾ ਉਹਨੂੰ ਦੱਸਣ ਦੀ ਲੋੜ ਨਹੀਂ ਉਹ ਹੁਣ ਵੀ ਸਾਨੂੰ ਦੇਖ ਰਿਹਾ ਸਹੀ ਹੈ ਹਾਂਜੀ ਸਹੀ ਹੈ ਸੋ ਜ਼ਿੰਦਗੀ ਚੇਂਜ ਹੋ ਗਈ ਜੀ 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 ਖੁਦਾ ਨੇ ਦੇਖ ਲਓ ਹਾਂਜੀ ਤਾਂ ਤੁਸੀਂ ਇਹ ਦੱਸੋ ਕਿ ਹੁਣ ਤੁਹਾਡੀ ਜਿਹੜੀ ਰਿਲੇਸ਼ਨਸ਼ਿਪ ਹੈਗੀ ਖੁਦਾ ਯਸਮ ਸੀ ਨਾ ਜੀ ਹੁਣ ਤੁਹਾਡੀ ਕਿੱਦਾਂ ਦੀ ਰਿਲੇਸ਼ਨ ਕੀ ਤੁਸੀਂ ਹੁਣ ਆਪਣੇ ਆਪ ਨੂੰ ਫੀਲ ਕਰ ਰਹੇ ਹੈਗੇ ਤੁਹਾਡਾ ਡਿਫਰੈਂਸ ਹੈ ਪਹਿਲੂ ਜ਼ਿੰਦਗੀ ਤੋਂ ਜੀ ਹਾਂਜੀ ਹੁਣ ਤਾਂ ਮੈਂ ਇੱਕ ਜਿੱਦਾਂ ਨਾ ਇੱਕ ਬਾਪ ਨਾਲ ਇੱਕ ਸਾਡਾ ਬਾਪ ਵਾ ਉਹ ਪਹਿਲਾਂ ਹੁੰਦਾ ਸੀਗਾ ਪਹਿਲਾਂ ਅਸੀਂ ਜਦੋਂ ਮੈਂ ਮੰਨਦਾ ਹੁੰਦਾ ਸੀ ਪਹਿਲਾਂ ਸਾਨੂੰ ਹੁੰਦਾ ਸੀ ਵੀ ਅਸੀਂ ਮਾਨਤਾ ਕਰਨੀ ਆ ਗੈਰ ਮਸੀਹ 'ਚ ਅੱਛਾ ਦੀਵਾ ਜਲਾਉਣਾ ਆ ਨਾ ਜਲਾਇਆ ਤਾਂ ਫਿਰ ਉਹ ਕੰਮ ਆਹ ਖਰਾਬ ਹੋ ਜਾਣਾ ਉਹ ਹੋ ਜਾਣਾ ਹੁੰਦਾ ਵੀ ਸੀਗਾ ਹੈ ਨਾ ਬਟ ਹੁਣ ਉਹ ਕਹਿੰਦਾ ਮੇਰਾ ਭਾਰ ਕਹਿੰਦਾ ਹੌਲਾ ਆ ਜੂੜਾ ਉਹਦਾ ਹੌਲਾ ਆ ਸਾਡੇ 'ਤੇ ਹੈ ਨਾ ਬਹੁਤਾ ਭਾਰ ਨਹੀਂ ਪਾਉਂਦਾ ਉਹ ਨਾ ਕਿਉਂਕਿ ਬੱਚਨ ਸਾਨੂੰ ਦਾਦਾ ਕਹਿੰਦਾ ਮੈਂ ਤੁਹਾਨੂੰ ਧੀਆਂ ਅਤੇ ਪੁੱਤਰ ਹੋਣ ਦਾ ਹੱਕ ਦਿੱਤਾ ਬਿਲਕੁਲ ਹੁਣ ਸਾਨੂੰ ਇਹ ਆ ਵੀ ਉਹ ਸਾਡਾ ਬਾਪ ਵਾ ਅਸੀਂ ਆਪਣੇ ਬਾਪ ਕੋਲੋਂ ਮੰਗਣਾ ਨਾ ਅਤੇ ਉਹ ਸਾਡੇ ਹਮੇਸ਼ਾ ਨਾਲ ਰਹਿੰਦਾ ਹੈ ਨਾ ਸਾਡਾ ਬਾਪ ਅਸੀਂ ਜਦੋਂ ਉਹਨੂੰ ਪੁਕਾਰਦੇ ਹਾਂ ਤਾਂ ਬਾਪ ਕਹਿੰਦਾ ਤੂੰ ਦੱਸ ਮੇਰੇ ਬੱਚੇ ਹੁਣ ਸਾਡੇ ਬੱਚੇ ਆ ਅਸੀਂ ਕਹੀਦਾ ਬੱਚੇ ਦੱਸ ਵੀ ਤੈਨੂੰ ਕੀ ਚਾਹੀਦਾ ਉਸੇ ਤਰ੍ਹਾਂ ਸਾਡਾ ਉਹ ਬਾਪ ਵਾ ਹੈ ਨਾ ਹੁਣ ਇਹ ਆ ਵੀ ਸਾਡਾ ਬਾਪ ਸਾਡੇ ਨਾਲ ਵਾ ਹਾਂਜੀ ਅਵਤਾਰ ਤੇਰੇ ਸ਼ਕਲ ਤੋਂ ਜਦੋਂ ਤੁਸੀਂ ਗੱਲ ਕਰਦੇ ਹੈਗੇ ਪ੍ਰਭੂ ਯਸੂ ਮਸੀਹ ਦੀ ਇੱਕ ਤਰ੍ਹਾਂ ਦਾ ਨੂਰ ਆਉਂਦਾ ਇੱਕ ਤਰ੍ਹਾਂ ਦੀ ਤੁਹਾਡੀ ਖੁਸ਼ੀ ਆ ਜਾਂਦੀ ਜੀ 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 ਉਹ ਖੁਸ਼ੀ ਜਿਹੜੀ ਹੈਗੀ ਆ ਸਰੋਤੇ ਵੀ ਦੇਖਦੇ ਹੋਣੇ ਹੈਗੇ ਆ ਜੀ ਕਿ ਉਹ ਖੁਸ਼ੀ ਜਿਹੜੀ ਹੈਗੀ ਆ ਉਹ ਉਹਨੂੰ ਆਪਾਂ ਐਕਸਪਲੇਨ ਨਹੀਂ ਕਰ ਸਕਦੇ ਬਿਆਨ ਨਹੀਂ ਕੀਤਾ ਜਾ ਪਰ ਇਦਾਂ ਹੁੰਦਾ ਕਿ ਸਾਡੇ ਘਰ ਦੇ ਵਿੱਚ ਜਿੱਦਾਂ ਵਿਆਹ ਰੱਖਿਆ ਹੋਇਆ ਹੈ ਨਾ ਜੀ 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 ਇਦਾਂ ਦੀ ਖੁਸ਼ੀ ਹਮੇਸ਼ਾ ਰਹਿੰਦੀ ਹੈਗੀ ਜੀ ਤਾਂ ਜੇ ਤੁਸੀਂ ਐਕਸਪਲੇਨ ਕਰਨ ਦੀ ਵੀ ਕੋਸ਼ਿਸ਼ ਕਰੋ ਤਾਂ ਮੇਰਾ ਖਿਆਲ ਕੋਈ ਆਪਣੇ ਕੋਲ ਲਵਜ਼ ਹੈ ਨਹੀਂ ਆ ਕਿ ਆਪਾਂ ਕਿੱਦਾਂ ਲਿਸਨਰਸ ਨੂੰ ਦੱਸ ਸਕਦੇ ਹਾਂ ਅੱਛਾ ਦੱਸੋ ਕਿ ਤੁਹਾਡੇ ਜ਼ਰੂਰਤਾਂ ਪੂਰੀਆਂ ਕਰਦਾ ਤੁਹਾਡਾ ਖੁਦ ਓਹ ਹੋ ਹਾਲੇਲੂਇਆ ਉਹ ਤਾਂ ਜੀ ਉਹ ਕਹਿੰਦਾ ਵੀ ਤੂੰ ਮੇਰੇ ਰਾਜ ਨੂੰ ਭਾਲ ਹੈ ਨਾ ਅਸੀਂ ਜਦੋਂ ਉਹਨਾਂ ਬਾਪ ਦੇ ਨਾਲ ਮੁਹੱਬਤ ਰੱਖਦੇ ਨਾ ਚੀਜ਼ਾਂ ਤਾਂ ਸਾਡੇ ਪਿੱਛੇ ਪੈ ਕੇ ਮਿਲਦੀਆਂ ਜੀ ਸਾਨੂੰ ਹੈ ਨਾ ਜਿੱਦਾਂ ਹੁਣ ਸਾਡਾ ਬੱਚਾ ਸਾਨੂੰ ਪਤਾ ਜੀ ਇਹਨੂੰ ਕਿਹੜੀ ਚੀਜ਼ ਦੀ ਜ਼ਰੂਰਤ ਆ ਮੇਰਾ ਬੱਚਾ ਜਦੋਂ ਮੈਨੂੰ ਪਤਾ ਨਾ ਕਿਹੜੀ ਚੀਜ਼ ਦੀ ਜ਼ਰੂਰਤ ਆ ਮੇਰੀ ਬੇਟੀ ਅੱਛਾ ਮੈਨੂੰ ਥੋੜ੍ਹੇ ਦਿਨ ਹੋਈ ਮੇਰੇ ਨਾਲ ਬੇਟੀ ਗੱਲ ਕਰਦੀ ਸੀ ਪਾਪਾ ਮੈਨੂੰ ਤੁਸੀਂ ਹਫ਼ਤੇ ਦੇ 5 ਰੁਪਈਏ ਜਾਂ 2 ਰੁਪਈਏ ਦਿਆ ਕਰੋ ਮੈਂ ਕਿਹਾ ਬੇਟਾ ਕੀ ਕਰਨੇ ਆ ਕਹਿੰਦੀ ਮੈਂ ਫਲਾਨੀ ਚੀਜ਼ ਲੈਣੀ ਆ ਲੈ ਮੈਂ ਕਿਹਾ ਬੇਟਾ ਤੂੰ ਜਮ੍ਹਾਂ ਕਿਉਂ ਕਰਦੀ ਤੂੰ ਮੈਨੂੰ ਹੁਣ ਦੱਸ ਜਿਹੜੀ ਤੂੰ 6 ਮਹੀਨਿਆਂ ਨੂੰ ਲੈਣੀ ਆ ਮੈਂ ਤੈਨੂੰ ਹੁਣ ਲੈ ਦਿੰਦਾ ਹੈ ਨਾ ਅਤੇ ਫਿਰ ਉਹ ਤਾਂ ਸਾਡਾ ਆਸਮਾਨੀ ਬਾਪ ਵਾ ਹੈ ਨਾ ਅਤੇ ਉਹ ਕਹਿੰਦਾ ਮੈਂ ਤਾਂ ਤੇਰੇ ਦਿਲਾਂ ਅਤੇ ਗੁਰਦਿਆਂ ਨੂੰ ਜਾਣਨ ਵਾਲਾ ਪਰਮੇਸ਼ਰ ਬਿਲਕੁਲ 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 ਹਾਂਜੀ ਤਾਂ ਮਿਰੇਕਲਸ ਵੀ ਹੁੰਦੇ ਜੀ ਜੀ ਬਹੁਤ ਮਿਰੇਕਲ ਦੇਖੋ ਕਿ ਜਦੋਂ ਆਪਾਂ ਦੱਸਦੇ ਹੈਗੇ ਹਾਂ ਦੁਨੀਆ ਨੂੰ ਦੱਸਦੇ ਹੈਗੇ ਹਾਂ ਕਿ ਅਸੀਂ ਚੰਦ ਸੂਰਜ ਦੀ ਨਹੀਂ ਪ੍ਰਸਤਿਸ਼ ਜੀ ਅਸੀਂ ਪੱਥਰਾਂ ਦੇ ਬਣਾਏ ਹੋਏ ਮਿੱਟੀ ਦੇ ਬਣਾਏ ਹੋਏ ਉਹ ਖੁਦਾ ਦੀ ਨਹੀਂ ਕਰਦੇ ਅਸੀਂ ਪੂਜਾ ਅਸੀਂ ਕਰਦੇ ਹੈਗੇ ਜੀਂਦੇ ਖੁਦਾ ਦੀ ਜਿਹੜਾ ਜੀਂਦਾ ਹੈਗਾ ਬਿਲਕੁਲ ਜੀ ਠੀਕ ਹੈ ਨਾ ਤੇ ਜਿਹੜਾ ਜੀਂਦਾ ਖੁਦਾ ਹੈਗਾ ਆ ਉਹ ਮਿਰੇਕਲ ਵੀ ਕਰਦਾ ਹਾਲੇਲੂਇਆ ਬਿਲਕੁਲ ਜੀ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਕਦੀ ਹਾਂਜੀ ਮਿਰੇਕਲ ਜ਼ਿੰਦਗੀ 'ਚ ਤਾਂ ਮੈਂ ਤੁਹਾਨੂੰ ਦੱਸਿਆ ਵੀ ਮਿਰੇਕਲਾਂ ਨਾਲ ਭਰੀ ਪਈ ਆ ਨਾ ਜ਼ਿੰਦਗੀ 'ਚ ਸਭ ਤੋਂ ਵੱਡਾ ਮਿਰੇਕਲ ਤਾਂ ਇਹੀ ਆ ਵੀ ਖੁਦਾ ਨੇ ਸਾਡੇ ਬਾਰੇ ਨਿਕੰਮਿਆਂ ਨੂੰ ਛੁਣ ਲਿਆ ਸਹੀ ਹੈ ਸਹੀ ਹੈ ਹਾਂਜੀ ਹੋਰ ਤਾਂ ਜ਼ਿੰਦਗੀ 'ਚ ਮਿਰੇਕਲ ਤਾਂ ਬਹੁਤ ਜ਼ਿਆਦਾ ਆ ਨਾ ਮੈਂ ਤੁਹਾਨੂੰ ਦੱਸਾਂ ਵੀ ਮੈਂ ਇੱਕ ਹੋਰ ਗਵਾਹੀ ਜੇ ਆਪਾਂ ਸ਼ੇਅਰ ਕਰ ਸਕਦੇ ਹਾਂ ਨਾ ਹਾਂਜੀ ਮੈਂ ਇੱਕ ਬ੍ਰਦਰ ਨੂੰ ਉਦੋਂ ਕਲਾਮ ਦੱਸਿਆ ਸੀਗਾ ਜਿੱਦਾਂ ਨਾ ਇਟਲੀ ਦੇ ਵਿੱਚ ਅੱਛਾ ਉਹਨਾਂ ਦੇ ਘਰ ਵਿੱਚ ਵੀ ਬਹੁਤ ਜ਼ਿਆਦਾ ਸਪਿਰਚੁਅਲ ਜਿਹੜੀਆਂ ਚੀਜ਼ਾਂ ਸੀਗੀਆਂ ਅੱਛਾ ਜਦੋਂ ਉਹਨੂੰ ਕਲਾਮ ਦੱਸਿਆ ਗਿਆ ਤਾਂ ਉਹ ਫਿਰ ਤੁਹਾਨੂੰ ਪਤਾ ਵੀ ਜਦੋਂ ਆਪਾਂ ਇਹ ਇਹ ਜਿਹੜੀ ਚੀਜ਼ ਆ ਨਾ
ਇਹ ਕੋਈ ਮਾਮੂਲੀ ਬਚਨ ਨਹੀਂ ਗਾ, ਇਹ ਕਿਤੇ ਇੱਕ ਬੰਦੇ ਜਾਂ ਦੋ ਬੰਦਿਆਂ ਨੇ ਨਹੀਂ ਲਿਖਿਆ, ਇਹਨੂੰ ਬਣਾਉਣ ਇਹਨੂੰ ਲਿਖਣ ਦੇ ਪਿੱਛੇ ਦੇ ਪਤਾ ਨਹੀਂ ਕਿੰਨੀਆਂ ਕਿੰਨੀਆਂ ਕੁਰਬਾਨੀਆਂ ਤਾਂ ਫਿਰ ਸਾਡੇ ਕੋਲ ਪਹੁੰਚਿਆ ਹੈ ਨਾ, ਇੱਕ ਤਾਂ ਐਵੇਂ ਹੀ ਨਹੀਂ ਪਹੁੰਚ ਗਿਆ, ਜਦੋਂ ਬਚਨ ਦੱਸਿਆ ਗਿਆ ਤਾਂ ਫਿਰ ਉਹ ਅੰਦਰ ਹਿਲਜੁਲ ਹੋਈ। ਅੱਛਾ, ਉਹ ਜਦੋਂ ਹਿਲਜੁਲ ਹੋਈ ਤਾਂ ਫਿਰ ਉਹ ਸ਼ੈਤਾਨ ਨੇ ਉਹਨੂੰ ਹਾਰਟ ਅਟੈਕ ਲਿਆਂਦਾ। ਅੱਛਾ, ਉਹ ਬੰਦਾ ਡਿੱਗ ਪਿਆ ਅਤੇ ਉੱਥੇ ਤਾਂ ਚਲੋ ਮੇਰੀ ਵਾਈਫ ਸੀ ਕੋਲ, ਮੇਰੀ ਵਾਈਫ ਨੇ ਉੱਥੇ ਦੁਆ ਕੀਤੀ ਤਾਂ ਉਹ ਮਰਿਆ ਨਹੀਂ, ਰੁਕ ਗਿਆ। ਅੱਛਾ, ਬਟ ਉਹਨੂੰ ਸਮਾਂ ਮਿਲ ਗਿਆ। ਅਸੀਂ ਪ੍ਰਾਰਥਨਾ ਕਰਦੇ ਸੀ ਤਾਂ ਖੁਦਾ ਬੰਦਾ ਰੂਹ ਕਹਿੰਦਾ ਵੀ ਇਹਨੇ ਬਚ ਜਾਣਾ, ਇਹਦੀ ਵਾਈਫ ਨੂੰ ਕਹੋ ਵੀ ਇਹ ਅਗਰ ਖੁਦਾ ਬੰਦੇ ਕੋਲ ਆਉਂਦੀ ਆ ਹੈ ਨਾ ਤਾਂ ਇਹ ਬਚ ਜਾਊਗਾ। ਅਸੀਂ ਉਹਨੂੰ ਬੜਾ ਸਮਝਾਇਆ ਵੀ ਭੈਣ ਅਸੀਂ ਤੇਰਾ ਧਰਮ ਨਹੀਂ ਬਦਲਦੇ, ਹੁਣ ਮੇਰਾ ਨਾਮ ਦੇਖੋ ਜੀ, ਮੇਰਾ ਨਾਮ ਅਵਤਾਰ ਜੋ ਸੀਗਾ ਮੇਰੇ ਬਾਪ ਦੇ ਨਾਮ ਪਿੱਛੇ ਲੱਗਾ, ਸਰ ਨੇ ਮੇਰੇ ਨਾਮ ਪਿੱਛੇ ਵੀ ਉਹੀ ਆ ਹੈ ਨਾ। ਅੱਛਾ, ਬਟ ਉਹ ਭੈਣ ਨਹੀਂ ਮੰਨੀ। ਅੱਛਾ, ਉਹ ਮਰ ਗਿਆ ਅਤੇ ਅਸੀਂ ਮੈਂ ਰਾਤ ਨੂੰ ਪ੍ਰਾਰਥਨਾ ਕਰਕੇ ਨਾ ਜਿੱਦਾਂ ਮੈਂ ਸੌਂ ਗਿਆ ਨਾ, ਉਹ ਮੇਰੇ ਰਾਤ ਨੂੰ ਸੁਪਨੇ ਵਿੱਚ ਆਇਆ ਮਰਨ ਤੋਂ ਦੂਸਰੇ ਦਿਨ ਹੀ ਜੀ, ਅਤੇ ਮੈਨੂੰ ਆ ਕੇ ਕਹਿੰਦਾ ਵੀ ਜੋ ਤੂੰ ਕਹਿੰਦਾ ਸੀਗਾ ਨਾ ਵੀ ਉਹ ਸੱਚ ਕਹਿੰਦਾ ਸੀਗਾ ਵੀ ਖੁਦਾ ਹੀ ਯਿਸੂ ਮਸੀਹ ਆ। ਮੈਂ ਤੁਹਾਨੂੰ ਕਿਹਾ ਵੀ ਤੂੰ ਜਿਉਂਦੇ ਜੇ ਤਾਂ ਮੰਨਿਆ ਨਹੀਂ, ਬਟ ਹੁਣ ਕੀ ਫਾਇਦਾ। ਕਹਿੰਦਾ ਸੀ ਮੇਰੀ ਵਾਈਫ ਨੂੰ ਅਤੇ ਬੱਚਿਆਂ ਨੂੰ ਜਾ ਕੇ ਇਹ ਦੱਸ। ਮੈਂ ਉਹਦੀ ਵਾਈਫ ਅਤੇ ਬੱਚਿਆਂ ਨੂੰ ਦੱਸਿਆ, ਬਟ ਉਹਨਾਂ ਨੇ ਮਖੌਲ ਉਡਾਇਆ ਜਾਂ ਨਹੀਂ ਐਕਸੈਪਟ ਕੀਤਾ ਸੀਗਾ। ਮਤਲਬ ਸਾਡਾ ਖੁਦਾ ਤਾਂ ਉਹ ਖੁਦਾ ਆ ਕਿ ਮਰੇ ਹੋਏ ਆ ਕੇ ਵੀ ਗਵਾਹੀ ਦਿੰਦੇ ਆ ਕਿ ਇਹੀ ਜ਼ਿੰਦਾ ਖੁਦਾ ਆ, ਹੈ ਨਾ। ਮੈਂ ਤਾਂ ਇਟਾਲੀਆ ਦੇ ਵਿੱਚ ਗੋਰਿਆਂ ਨਾਲ ਵੀ ਸਾਂਝੇ ਕੀਤੀਆਂ, ਕੁਛ ਨੇ ਮਜ਼ਾਕ ਉਡਾਇਆ, ਕੁਛ ਕਹਿੰਦੇ ਝੂਠ ਬੋਲਦਾ, ਕੁਛ ਕਹਿੰਦੇ ਗੱਪ ਮਾਰਦਾ। ਹਾਂਜੀ, ਇਸ ਤਰ੍ਹਾਂ ਸੀਗਾ ਜੀ। ਤਾਂ ਫਿਰ ਉਹਨਾਂ ਨੇ ਮੰਨਿਆ ਨਹੀਂ? ਨਹੀਂ ਮੰਨਿਆ ਜੀ, ਉਹਨਾਂ ਨੇ ਨਹੀਂ ਮੰਨਿਆ। ਤਾਂ ਇਹ ਤਾਂ ਜਿੱਦਾਂ ਕਹਿੰਦੇ ਹੁੰਦੇ ਇੱਕ ਜ਼ਿੰਦਗੀ ਆਪਣੀ ਜਿਹੜੀ ਹੈਗੀ ਆ ਕੰਪਲੀਟਲੀ ਤੁਹਾਡੀ, ਹਾਂਜੀ, 180 degrees ਤੁਹਾਨੂੰ ਚੇਂਜ ਕਰਕੇ ਜੀ ਤਾਂ ਤੁਹਾਨੂੰ ਖੜਾ ਕਰ ਦਿੱਤਾ ਹੈਗਾ ਜੀ। ਤਾਂ ਹੁਣ ਤੁਸੀਂ ਇੰਗਲੈਂਡ ਦੇ 'ਚ ਆ ਗਏ ਜੀ, ਇਹ ਵੀ ਖੁਦਾ ਦੀ ਮਿਹਰਬਾਨੀ ਹੈਗੀ ਜੀ। ਤਾਂ ਗਿਰਜੇ ਵੀ ਜਾਂਦੇ ਹੈਗੇ ਆ, ਬਿਲਕੁਲ ਜੀ, ਤਾਂ ਖੁਦਾਵੰਦ ਗਾਂ ਬਰਕਤਾਂ ਵੀ ਦੇਣ ਵਾਲਾ। ਤਾਂ ਤੁਸੀਂ ਇਹ ਦੱਸੋ ਕਿ ਇਸ ਵੇਲੇ ਸਰੋਤੇ ਬੜੇ ਸੁਣ ਰਹੇ ਹੈਗੇ ਆ, ਬੜੇ ਦੇਖ ਰਹੇ ਹੈਗੇ ਆ ਜੀ, ਤਾਂ ਜੇ ਅਵਤਾਰ ਜੀ ਦਿਲੋਂ ਜੋ ਕੁਛ ਤੁਹਾਨੂੰ ਪਾਕ ਰੂਹ ਕਹਿੰਦੀ ਹੈਗੀ ਜੀ, ਤਾਂ ਜੇ ਤੁਸੀਂ ਥੋੜ੍ਹਾ ਸ਼ੇਅਰ ਕਰਨਾ ਚਾਹੁੰਦੇ ਹੈਗੇ ਆ ਜੀ, ਤਾਂ ਤੁਸੀਂ ਜ਼ਰੂਰ ਉਹਨਾਂ ਨਾਲ ਸ਼ੇਅਰ ਕਰੋ, ਕਿਉਂਕਿ ਇਹ ਵੀ ਹੋ ਸਕਦਾ ਕਈ ਜਿਸ ਤਰ੍ਹਾਂ ਤੁਹਾਡੇ ਦੋਸਤ ਫਸੇ ਹੋਏ ਸੀਗੇ ਜੀ, ਜਿਹਨਾਂ ਨੂੰ ਤੁਸੀਂ ਦੱਸਣ ਗਏ, ਹਾਂਜੀ, ਉਹਨਾਂ ਨੇ ਸੁਣਿਆ ਨਹੀਂ ਜੀ। ਇਸ ਤਰ੍ਹਾਂ ਕਈ ਹੋ ਸਕਦੇ ਹੈਗੇ ਕਿ ਜਿਹੜੇ ਜਿੱਦਾਂ ਕੰਢੇ 'ਤੇ ਬੈਠੇ ਆ ਜੀ, ਤਾਂ ਤੁਸੀਂ ਉਹਨਾਂ ਨਾਲ ਜ਼ਰੂਰ ਗੱਲਬਾਤ ਕਰੋ ਜੀ, ਔਰ ਜੋ ਕੁਛ ਵੀ ਤੁਹਾਨੂੰ ਪਾਕ ਰੂਹ ਕਹਿੰਦੀ ਤਾਂ ਦੱਸੋ ਜੀ। ਮੈਂ ਸਾਰੇ ਸਰੋਤਿਆਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਅਗਰ ਇਹ ਖੁਦਾ ਜਿਹੜਾ ਆ ਨਾ, ਇਹ ਮੁਹੱਬਤ ਦਾ ਖੁਦਾ ਆ, ਇਹ ਪਿਆਰ ਦਾ ਖੁਦਾ ਆ, ਇਹ ਜਦ ਇਹ ਸਾਡੇ ਵਰਗਿਆਂ ਨੂੰ ਬਦਲ ਸਕਦਾ, ਇਹ ਤਾਂ ਤੁਹਾਨੂੰ ਵੀ ਇਹ ਬਦਲ ਸਕਦਾ ਖੁਦਾ, ਇਹ ਤੁਹਾਨੂੰ ਵੀ ਉਨਾ ਹੀ ਪਿਆਰ ਕਰਦਾ ਜਿੰਨਾ ਮੈਨੂੰ ਅਤੇ ਪਾਸਟਰ ਜੀ ਨੂੰ ਕਰਦਾ ਆ, ਹੈ ਨਾ। ਮੈਂ ਤਾਂ ਕਹਿੰਦਾ ਵੀ ਜ਼ਰੂਰ ਤੁਸੀਂ ਇਸ ਖੁਦਾਵੰਦ ਦੇ ਇਸ ਬਚਨ ਨੂੰ ਪੜ੍ਹੋ, ਹੈ ਨਾ, ਅਤੇ ਜਾਣੋ, ਕਿਉਂਕਿ ਬਚਨ ਸਾਨੂੰ ਦੱਸਦਾ, ਕਹਿੰਦਾ ਚੱਖੋ ਅਤੇ ਵੇਖੋ ਯਹੋਵਾ ਭਲਾ ਹੈ। ਉਹ ਤੁਸੀਂ ਚੱਖੋਗੇ ਨਹੀਂ ਤਾਂ ਫਿਰ ਤੁਹਾਨੂੰ ਕਿੱਦਾਂ ਪਤਾ ਲੱਗੂਗਾ ਕਿ ਉਹ ਭਲਾ ਹੈ। ਕਹਿੰਦਾ ਇਹ ਬੋਝ ਹੈ ਵੀ ਹੇਠਾਂ ਦੱਬੇ ਹੋਏ ਲੋਕੋ ਮੇਰੇ ਕੋਲ ਆਓ, ਕਹਿੰਦਾ ਮੈਂ ਤੁਹਾਨੂੰ ਆਰਾਮ ਦਿਊਂਗਾ। ਇਹ ਮੁਹੱਬਤ ਦਾ ਪਰਮੇਸ਼ੁਰ ਆ, ਇਹ ਗੋਰਿਆਂ ਦਾ ਨਹੀਂ, ਇਹ ਤੁਹਾਡਾ ਧਰਮ ਨਹੀਂ ਬਦਲਦਾ ਭੈਣੋ ਅਤੇ ਭਰਾਵੋ, ਇਹ ਜ਼ਿੰਦਗੀਆਂ ਨੂੰ, ਇਹ ਦਿਲਾਂ ਨੂੰ ਬਦਲ ਦਿੰਦਾ ਆ, ਪੱਥਰਾਂ ਦਿਲਾਂ ਨੂੰ ਨਾ ਇਹ ਨਰਮ ਕਰ ਦਿੰਦਾ ਆ, ਇਹ ਮੁਹੱਬਤ ਦਾ ਖੁਦਾ ਆ। ਹਾਲੇਲੂਯਾ, ਖੁਦਾ ਬਰਕਤ ਦੇਵੇ। ਬਹੁਤ ਅੱਛੀ ਗੱਲ ਤੁਸੀਂ ਕੀਤੀ ਹੈਗੀ ਆ ਕਿ ਉਹ ਜਿਹੜਾ ਖੁਦਾ ਨੂੰ ਆਪਾਂ ਮੰਨਦੇ ਹੈਗੇ ਹਾਂ, ਉਹ ਪੱਥਰ ਦਾ ਦਿਲ ਕੱਢ ਕੇ ਮਾਸ ਦਾ ਦਿਲ ਦਿੰਦਾ। ਔਰ ਮੈਂ ਇਹ ਵੀ ਚਾਹੁੰਦਾ ਹੈਗਾ ਕਿ ਅਵਤਾਰ ਜੀ ਤੁਸੀਂ ਜ਼ਰੂਰ ਪ੍ਰਾਰਥਨਾ ਵੀ ਕਰੋ, ਕੋਈ ਐਸਾ ਆਪਣਾ ਭੈਣ ਭਰਾ ਹੋ ਸਕਦਾ ਜਿਹਨਾਂ ਨੂੰ ਇਸ ਵੇਲੇ ਜ਼ਰੂਰਤ ਹੈਗੀ ਆ ਜੀ। ਇਹ ਵੀ ਹੋ ਸਕਦਾ ਕਿ ਕੋਈ ਦੁੱਖ, ਬਿਮਾਰੀ, ਤਕਲੀਫ, ਗਮ, ਬੋਝ ਦੇ ਵਿੱਚ ਆ ਜੀ, ਤਾਂ ਖੁਦਾ ਦਾ ਵਚਨ ਵੀ ਕਹਿੰਦਾ ਹੈਗਾ ਕਿ ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਪਿਆਰ ਕੀਤਾ ਜੀ, ਤੁਸੀਂ ਵੀ ਗਾਂ ਪਿਆਰ ਕਰੋ। ਔਰ ਉਸ ਪਿਆਰ ਦੇ ਵਿੱਚ ਮੈਂ ਚਾਹੁੰਦਾ ਹੈਗਾ ਕਿ ਤੁਸੀਂ ਜਿੰਨੇ ਵੀ ਆਪਣੇ ਸਰੋਤ ਜੁੜੇ ਹੋਏ ਆ ਉਹਨਾਂ ਵਾਸਤੇ ਤੁਸੀਂ ਪ੍ਰਾਰਥਨਾ ਕਰੋ ਜੀ। ਆਓ ਆਪਾਂ ਪ੍ਰਾਰਥਨਾ ਕਰਦੇ ਹਾਂ। ਆਪਾਂ ਆਪਣੇ ਸਿਰਾਂ ਨੂੰ ਸਤ ਮਹਾਨ ਪਰਮੇਸ਼ੁਰ ਦੇ ਅੱਗੇ ਝੁਕਾਉਂਦੇ ਹਾਂ। ਹਾਲੇਲੂਯਾ, ਸਰਵ ਸ਼ਕਤੀਮਾਨ ਪਰਮੇਸ਼ੁਰ, ਜ਼ਿੰਦਾ ਅਸਮਾਨੀ ਬਾਪ, ਹੇ ਅੱਬਾ, ਹੇ ਪਿਤਾ, ਮੇਰੇ ਪਿਤਾ, ਮੈਂ ਪ੍ਰਾਰਥਨਾ ਕਰਦਾ ਮੇਰੇ ਖੁਦਾਬਨ ਇਹਨਾਂ ਭੈਣਾਂ ਭਾਈਆਂ ਲਈ, ਮੇਰੇ ਖੁਦਾਬਨ ਜਿਹਨਾਂ ਤੱਕ ਇਹ ਮੇਰੇ ਖੁਦਾਬਨ ਇਹ ਬੋਲ ਪਹੁੰਚ ਰਹੇ, ਮੇਰੇ ਪਿਤਾ ਤੇਰਾ ਬਚਨ ਪਹੁੰਚਿਆ, ਮੇਰੇ ਖੁਦਾਬਨ ਇਹ ਗਵਾਹੀ ਪਹੁੰਚੀ, ਮੇਰੇ ਪਿਤਾ ਪਰਮੇਸ਼ੁਰ ਤੂੰ ਜਾਣਦਾ ਹੈ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ, ਮੇਰੇ ਪਿਤਾ ਬਾਪ ਆਸਮਾਨੀ ਤੂੰ ਸਾਰਿਆਂ ਨੂੰ ਅੰਧਕਾਰ ਦੇ ਵਿੱਚੋਂ ਕੱਢ ਕੇ ਮੇਰੇ ਪਿਤਾ ਚਾਨਣ ਦੇ ਵਿੱਚ ਲਾਇਆ, ਆਪਣੀ ਸੱਚਾਈ ਦੇ ਵਿੱਚ ਲਾਇਆ ਮੇਰੇ ਪਿਤਾ, ਜਿਹਨਾਂ ਨੂੰ ਵੀ ਪਿਤਾ ਪਰਮੇਸ਼ੁਰ ਬਾਪ ਆਸਮਾਨੀ ਬੋਝ ਦੇ ਹੇਠਾਂ ਦੱਬੇ ਆ ਮੇਰੇ ਪਿਤਾ, ਬਿਮਾਰੀਆਂ, ਪ੍ਰੋਬਲਮਾਂ, ਪਰੇਸ਼ਾਨੀਆਂ ਦੇ ਵਿੱਚ ਮੇਰੇ ਖੁਦਾਬਨ ਦੱਬੇ ਹੋਏ ਆ ਮੇਰੇ ਪਿਤਾ ਪਰਮੇਸ਼ੁਰ ਤੂੰ ਉਹਨਾਂ ਨੂੰ
ਬਾਪ ਅਸਮਾਨੀ ਤੂੰ ਬਾਹਰ ਕੱਢ ਲਿਆ ਮੇਰੇ ਖੁਦਾ, ਤੂੰ ਜ਼ਿੰਦਾ ਖੁਦਾ ਹੈ ਮੇਰੇ ਪਿਤਾ ਪਰਮੇਸ਼ੁਰ, ਤੂੰ ਮੁਹੱਬਤ ਦਾ ਪਰਮੇਸ਼ੁਰ ਨੇ ਮੇਰੇ ਖੁਦਾ, ਆਪਣੇ ਮੁਹੱਬਤ ਕਰਨ ਵਾਲਾ ਖੁਦਾ ਹੈ ਮੇਰੇ ਪਿਤਾ ਬਾਪ ਅਸਮਾਨੀ, ਤੂੰ ਪਿਤਾ ਪਰਮੇਸ਼ੁਰ ਜੋ ਇਸ ਪ੍ਰੋਗਰਾਮ ਨੂੰ ਦੇਖ ਰਹੇ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਮੇਰੇ ਪਿਤਾ ਪਰਮੇਸ਼ੁਰ, ਤੂੰ ਕੰਮ ਕਰ ਉਹਨਾਂ ਦੀਆਂ ਜ਼ਿੰਦਗੀਆਂ ਨੂੰ ਬਦਲ ਮੇਰੇ ਪਿਤਾ ਬਾਪ ਅਸਮਾਨੀ, ਤੂੰ ਦਇਆ ਕਰ ਰਹਿਮ ਫਰਮਾ, ਤੇਰਾ ਨਾਮ ਉੱਚਾ ਹੋਵੇ, ਸ਼ੁਕਰ ਕਰਦੇ ਹਾਂ ਪਾ ਖੁਦਾਵੰਦ, ਯਿਸੂ ਮਸੀਹ ਦੇ ਨਾਮ ਵਿੱਚ ਦੁਆਨ ਮੰਗਦੇ ਹਾਂ ਪ੍ਰਭੂ ਜੀ, ਆਮੇਨ ਆਮੇਨ ਆਮੇਨ। ਅਵਤਾਰ ਭਾਈ ਥੈਂਕ ਯੂ ਸੋ ਮੱਚ ਕਿ ਜਿਹੜਾ ਤੁਸੀਂ ਆਪਣਾ ਕੀਮਤੀ ਵਕਤ ਕੱਢ ਕੇ ਆਏ ਹੈਗੇ ਔਰ ਕਿੰਨੀ ਸੋਹਣੀ ਗਵਾਹੀ ਦਿੱਤੀ, ਔਰ ਵਾਕਿਆ ਦੇ ਵਿੱਚ ਜਿੱਦਾਂ ਕਹਿੰਦੇ ਹੁੰਦੇ ਆ ਕਿ ਤੁਸੀਂ ਖੁਦਾਵੰਦ ਦੀ ਬਹੁਤ ਪਿਆਰ ਕਰਦੇ ਹੈਗੇ ਔਰ ਤੂੰ ਹਮੇਸ਼ਾ ਹੀ ਇੱਦਾਂ ਪਿਆਰ ਕਰਦਾ ਰਹੇ। ਥੈਂਕ ਯੂ ਵੈਰੀ ਮੱਚ। ਥੈਂਕ ਯੂ। The decision to accept or reject Jesus as your personal savior is the ultimate life decision. Avtar rejected Jesus at first as he felt he didn't need him. Avtar soon realized that his rejection would have disastrous eternal consequences. There is no other name under heaven given to men by which we must be saved than the name of Jesus Christ. And those who reject him for whatever reason face an eternity in the outer darkness of hell where there will be weeping and gnashing of teeth. Avtar ji nu ek masih de vishwas hona bahut hi ਜ਼ਰੂਰੀ ਸੀ ਔਰ ਇਹਨਾਂ ਨੇ ਬਹੁਤ ਹੀ ਅੱਛਾ ਕੀਤਾ ਕਿ ਖੁਦਾ ਦੀ ਸੇਵਾ ਵਿੱਚ ਲੱਗ ਗਏ। ਸ਼ੁਕਰੀਆ, ਮਿਹਰਬਾਨੀ। ਥੈਂਕ ਯੂ ਫੋਰ ਜੁਆਇਨਿੰਗ ਮੀ ਅੰਟਿਲ ਨੈਕਸਟ ਟਾਈਮ ਜੈਮ ਸਿੱਖੀ। ਯਾਦ ਰੱਖਣਾ ਨੋਟੀਫਿਕੇਸ਼ਨ ਬਟਨ ਨੂੰ ਔਨ ਕਰ ਲੈਣਾ ਔਰ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ, ਅਗਲੇ ਪ੍ਰੋਗਰਾਮ ਨੂੰ ਮਿਸ ਨਹੀਂ ਕਰਨਾ। ਦੇਖਦੇ ਰਹੋ ਔਰ ਬਰਕਤ ਪਾਓ। ਜੈਮ ਸਿੱਖੀ।